ਵਾਹਿਗੁਰੂ ਜੀ ਕੀ ਫਤਿਹ। ਅੱਜ NRI ਪ੍ਰੋਗਰਾਮ ਲੈ ਕੇ ਆਪਦੀ ਸੇਵਾ ਵਿੱਚ ਜੋ ਹਰ ਬੁੱਧਵਾਰ ਹੁੰਦਾ ਹੈ ਹਾਜ਼ਰ ਹੋਏ ਹਾਂ, ਪਰ ਮੈਂ ਇੱਥੇ ਪਹਿਲਾਂ ਹੀ ਦਰਸ਼ਕਾਂ ਕੋਲੋਂ ਮਾਫ਼ੀ ਮੰਗਾਂਗਾ, ਕਿਉਂਕਿ ਮੈਂ ਪਿਛਲੇ ਹਫ਼ਤੇ ਇਹ ਅਨਾਊਂਸਮੈਂਟ ਕੀਤੀ ਸੀ ਕਿ ਅਗਲੇ ਹਫ਼ਤੇ ਮੇਰੀ ਪੂਰੀ ਟੀਮ ਮੇਰੇ ਨਾਲ ਹੋਵੇਗੀ। ਪਰ ਗੁਰੂ ਨੂੰ ਜੋ ਪਾਉਂਦਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਮੈਂ ਤਾਂ ਸਾਰੀ ਟੀਮ ਨੂੰ ਕਿਹਾ ਸੀ ਆਉਣ ਨੂੰ, ਆਪ ਨਾਲ ਪ੍ਰੋਮਿਸ ਕੀਤਾ ਸੀ ਦਰਸ਼ਕਾਂ ਨਾਲ, ਪਰ ਐਸੇ ਭਾਣੇ ਵਰਤੇ ਕਿ ਅੱਜ ਕੋਈ ਵੀ ਮੇਰੀ ਟੀਮ ਦਾ ਬੰਦਾ ਮੇਰੇ ਨਾਲ ਹਾਜ਼ਰ ਨਹੀਂ ਹੋ ਸਕਿਆ। ਇਸ ਗੱਲ ਦੀ ਮੈਂ ਖਿਮਾ ਚਾਹੁੰਦਾ ਹਾਂ, ਕਿਉਂਕਿ ਇੱਕ ਅਫਸੋਸਜਨਕ ਘਟਨਾ ਕਿ ਸਾਡੇ ਸ਼੍ਰੀਮਾਨ ਭਰਤ ਭੂਸ਼ਣ ਜੀ, ਉਹਨਾਂ ਦੇ ਫਾਦਰ ਇਨ ਲਾ ਸਹੁਰਾ ਸਾਹਿਬ ਜੋ ਕਿ ਅੱਜ ਚੜ੍ਹਾਈ ਕਰ ਗਏ, ਇਸ ਕਰਕੇ ਉਹ ਨਹੀਂ ਆ ਸਕੇ। ਅਤੇ ਸੁਰਿੰਦਰ ਸਿੰਘ NRI ਪ੍ਰੋਪਰਟੀ ਵਾਲੇ, ਉਹ ਵੀ ਕਿਸੇ ਕਾਰਨਾਂ ਕਰਕੇ ਨਹੀਂ ਆ ਸਕੇ। ਇਸੇ ਤਰ੍ਹਾਂ ਹੀ ਬੀਬਾ ਦਲਜੀਤ ਕੌਰ ਵੀ, ਜੋ ਕਿ ਇਮੀਗ੍ਰੇਸ਼ਨ ਦੇ ਬੜੇ ਮਾਹਰ ਵਕੀਲ ਹਨ, ਅਤੇ ਉਹਨਾਂ ਕੋਲ ਵੀ ਨਹੀਂ ਆਇਆ ਗਿਆ। ਸੋ ਇਸ ਦੀ ਮੈਂ ਫਿਰ ਦਰਸ਼ਕਾਂ ਕੋਲੋਂ ਖਿਮਾ ਮੰਗਦਾ। ਪਰ ਅਸੀਂ ਇਹ NRI ਪ੍ਰੋਗਰਾਮ ਦੇ ਵਿੱਚ ਅੱਜ ਮੈਂ ਇਹ ਗੱਲ ਤਾਂ ਹੀ ਕਹਿ ਰਿਹਾ ਵੀ ਜੋ ਪਰਮਾਤਮਾ ਨੂੰ ਭਾਉਂਦਾ, ਕਿਉਂਕਿ ਆਪ ਨੂੰ ਪਤਾ ਹੈ ਕਿ ਆਪ ਸੰਗਤ TV ਨੂੰ ਜੋ ਸਪੋਰਟ ਕਰਦੇ ਹੋ, ਜੋ ਦੇਖਦੇ ਹੋ, ਸਾਡੀ ਮਤਲਬ ਸਕਰੀਨ ਦੇ ਉੱਤੇ ਜੋ ਡਾਇਰੈਕਟ ਡੈਬਿਟ ਲੱਗੇ ਹੋਏ ਹਨ, ਕਿਉਂਕਿ ਕਿੰਨੇ ਪੈਸੇ ਦੀ ਲੋੜ ਆ, ਆਪ ਨੂੰ ਪਤਾ ਹੈ ਕਿ ਕੋਈ ਵੀ ਕੰਮ ਪੈਸੇ ਤੋਂ ਬਗੈਰ ਨਹੀਂ ਚੱਲਦਾ। ਪਰ ਇਸ ਕਰਕੇ ਸਾਡੇ ਅੱਜ ਜਿਹੜੇ ਬਹੁਤ ਹੀ ਸੁਚੱਜੇ ਢੰਗ ਨਾਲ ਜਿਨ੍ਹਾਂ ਨੇ ਚਲਾਉਣਾ ਸ਼ੁਰੂ ਕੀਤਾ ਹੈ, ਸਰਦਾਰ ਜੀਤ ਸਿੰਘ ਜੀ ਥਿੰਦ, ਜੋ ਕਿ ਜਿਨ੍ਹਾਂ ਦੀ ਬਿਲਡਿੰਗ ਦੇ ਵਿੱਚ ਬਹੁਤ ਚਿਰਾਂ ਤੋਂ ਇਹ ਟੈਲੀਵਿਜ਼ਨ ਚੱਲ ਰਿਹਾ ਹੈ, ਉਹ ਸਾਡੇ ਇਸ ਟਰੱਸਟ ਦੇ ਟਰੱਸਟੀ ਵੀ ਹਨ। ਅਤੇ ਉਹਨਾਂ ਦੇ ਨਾਲ ਬੈਠੇ ਹਨ ਬੀਬਾ ਤਰਸੇਮ ਕੌਰ ਜੀ, ਜਿਹੜੇ ਕਿ ਐਡਮਿਨਿਸਟ੍ਰੇਸ਼ਨ ਇੱਥੇ ਹਰ ਵਕਤ ਦਫ਼ਤਰ ਦੇ ਵਿੱਚ ਕਾਲਾਂ ਲੈਂਦੇ ਹਨ, ਜਾਂ ਕੋਈ ਪੈਸੇ ਆਉਂਦੇ ਹਨ, ਜੋ ਵੀ ਉਹ ਡਾਇਰੈਕਟ ਡੈਬਿਟ ਕਰਦੇ ਹਨ, ਉਹਨਾਂ ਦੇ ਨਾਲ ਟੈਲੀਫੋਨ 'ਤੇ ਗੱਲਬਾਤ ਹੁੰਦੀ ਰਹਿੰਦੀ ਹੈ। ਉਹ ਅੱਜ ਦੋਨੋਂ ਮੇਰੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਹੋਏ ਹਨ, ਕਿਉਂਕਿ ਮੇਰੇ ਆਪਣੀ ਟੀਮ ਦਾ ਬੰਦਾ ਨਾ ਹੋਣ ਕਰਕੇ ਅੱਜ ਅਸੀਂ ਇਸ ਪ੍ਰੋਗਰਾਮ ਨੂੰ ਚੇਂਜ ਕਰ ਲਿਆ, ਕਿਉਂਕਿ ਅਸੀਂ ਅੱਜ ਜੋ ਡਾਇਰੈਕਟ ਡੈਬਿਟ ਹੈ ਉਸ ਦੇ ਬਾਰੇ ਹੀ ਆਪ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਉਹ ਆਪਨੇ ਡਾਇਰੈਕਟ ਡੈਬਿਟ ਕਰਨੀ ਆ ਜਾਂ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਕਿਉਂਕਿ ਆਪ ਨੂੰ ਪਤਾ ਹੈ, ਆਪ ਸਮੁੱਚੀਆਂ ਸੰਗਤਾਂ ਦਾ ਮੈਂ ਪਹਿਲਾਂ ਤਾਂ ਬਹੁਤ ਆਪਣੇ ਤਹਿ ਦਿਲ ਤੋਂ ਧੰਨਵਾਦ ਕਰਦਾ। ਕੋਈ ਐਸੇ ਸ਼ਬਦ ਨਹੀਂ ਜਿਨ੍ਹਾਂ ਨਾਲ ਧੰਨਵਾਦ ਕਰ ਸਕੀਏ, ਕਿਉਂਕਿ ਅਸੀਂ ਜਦ ਵੀ ਟੈਲੀਵਿਜ਼ਨ 'ਤੇ ਬੈਠ ਕੇ ਸੰਗਤਾਂ ਨੂੰ ਕੋਈ ਬੇਨਤੀ ਕੀਤੀ ਹੈ, ਜਾਂ ਉਹ ਹੜ੍ਹਾਂ ਲਈ ਹੋਵੇ, ਜਾਂ ਉਹ ਆਈ ਕੈਂਪ ਜਿੱਥੇ ਕਿ ਲਾਏ ਗਏ ਹਨ ਉਹਨਾਂ ਲਈ ਹੋਵੇ, ਆਪ ਨੇ ਦਿਲ ਖੋਲ੍ਹ ਕੇ ਮਾਇਆ ਦਿੱਤੀ। ਅਤੇ ਇਹ ਸੰਗਤ ਟਰੱਸਟ ਦਾ ਇੱਕ ਇਹ ਅਕੀਦਾ ਆ, ਸੰਗਤ ਟਰੱਸਟ ਨੇ ਇਹ ਯਕੀਨ ਨਾਲ ਮੈਂ ਕਹਿ ਸਕਦਾ ਕਿ ਜਿਸ ਕਾਜ ਲਈ ਪੈਸਾ ਇਕੱਠਾ ਹੁੰਦਾ ਸੰਗਤ ਟਰੱਸਟ ਉਹਨਾਂ ਪੈਸਿਆਂ ਨੂੰ ਉਸੇ ਹੀ ਕੰਮ ਲਈ ਵਰਤਦੀ ਹੈ। ਪਰ ਇਸ ਦੇ ਨਾਲ ਟੈਲੀਵਿਜ਼ਨ ਚਲਾਉਣ ਲਈ ਵੀ ਪੈਸਿਆਂ ਦੀ ਜ਼ਰੂਰਤ ਪੈਂਦੀ ਹੈ। ਅਤੇ ਮੈਂ ਅੱਜ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ। ਮੈਂ ਜੀ, ਅੱਜ ਤੁਸੀਂ ਮੇਰਾ ਸਾਥ ਦੇ ਰਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਜੀਸੋ ਜੀ, ਜਿਸ ਤਰ੍ਹਾਂ ਆਪਾਂ ਹੁਣ ਸਾਰੇ ਇੰਡੀਆ ਵੀ ਜਾ ਕੇ ਆਏ, ਹੜ੍ਹਾਂ ਵਾਲਿਆਂ 'ਤੇ ਵੀ ਉੱਥੇ ਜੋ ਕੁਛ ਦੇਖ ਕੇ ਆਏ, ਆਈ ਕੈਂਪ ਵੀ ਚਲੋ ਇੱਕ ਅਸੀਂ ਤੁਹਾਡੇ ਬਾਅਦ ਲਾਇਆ, ਦੋ ਤੁਸੀਂ ਪਹਿਲੇ ਦੇਖ ਲਏ, ਸੋ ਜਿਹੜੇ ਕਾਜ ਹੋਏ ਬਹੁਤ ਹੀ ਵਧੀਆ, ਅਤੇ ਮੈਂ ਕਹਿੰਦਾ ਸੰਗਤਾਂ ਨੇ ਸ਼ਲਾਘਾ ਵੀ ਬਹੁਤ ਕੀਤੀ। ਬਿਲਕੁਲ ਜੀ। ਅਤੇ ਗੁਰੂ ਮਹਾਰਾਜ ਉਹਨਾਂ ਡਾਕਟਰਾਂ ਨੂੰ ਵੀ ਹਿੰਮਤ ਬਖਸ਼ੇ, ਜਿਨ੍ਹਾਂ ਨੇ ਮਤਲਬ ਉਹਨਾਂ ਦਾ ਇੰਨਾ ਤਜਰਬਾ, ਜਿਨ੍ਹਾਂ ਨੇ ਕਿ ਰਾਤ ਨੂੰ ਇੱਕ ਬੀਬੀ ਦਾ ਆਪਰੇਸ਼ਨ ਸਵੇਰ ਨੂੰ ਹੋਣਾ ਸੀ, ਅਤੇ ਉਹ ਬੀਬੀ ਤਰਸੇਮ ਕੌਰ ਜੀ ਉਹ ਚੇਅਰ 'ਤੇ, ਵੀਲ ਚੇਅਰ 'ਤੇ ਸੀ, ਉਹਨੂੰ ਦਿਸਦਾ ਨਹੀਂ ਸੀ, ਅਤੇ ਉਹ ਡਾਕਟਰ ਕਹਿੰਦੇ ਜੀ ਸਵੇਰ ਨੂੰ ਇਹਨੂੰ ਦਿਸੂਗਾ। ਦੂਸਰੇ ਦਿਨ ਬਿਲਕੁਲ ਜਦੋਂ ਉਹਦਾ ਆਪਰੇਸ਼ਨ ਹੋਇਆ, ਸਭ ਤੋਂ ਪਹਿਲਾਂ ਉਹਦਾ ਆਪਰੇਸ਼ਨ ਕੀਤਾ ਗਿਆ, ਔਰ ਉਹਨੂੰ ਉਹਦੀ ਨਜ਼ਰ ਆ ਗਈ। ਜਿਹਦੀ ਨਜ਼ਰ ਗਈ ਹੋਈ ਆ ਜਾਣੀ,
ਉਹ ਕਿੰਨੀਆਂ ਸੀਸਾਂ ਦਿੰਦਾ, ਬਿਲਕੁਲ ਲੱਖਾ ਸਿੰਘ, ਤੇ ਇਸ ਕਰਕੇ ਉਹ ਕਾਰਜਾਂ ਦੇ ਉੱਤੇ ਜਿਹੜੀ ਫਿਰ ਖੋਲ੍ਹ ਕੇ ਗੱਲ ਕੀਤੀ ਜਾਊਗੀ। ਅੱਜ ਜਿਹੜਾ ਸਾਡਾ ਮੁੱਦਾ ਆ ਐੱਨ ਆਰ ਆਈ ਪ੍ਰੋਗਰਾਮ ਤੋਂ ਹਟ ਕੇ, ਮੈਂ ਇਹ ਗੱਲ ਜ਼ਰੂਰ ਦੱਸਣੀ ਚਾਹਾਂਗਾ ਕਿ ਐੱਨ ਆਰ ਆਈ ਦੇ ਸੰਬੰਧ ਵਿੱਚ ਜਿਹੜੇ ਕਿ ਅਸੀਂ ਕੰਮ ਕਾਜ ਜਿਹੜੇ ਹੁੰਦੇ ਉਹਨਾਂ ਨਾਲ ਸਲਾਹ ਦਿੰਦੇ ਜਾਂ ਕੋਈ ਗੱਲਬਾਤ ਕਰਦੇ ਹਾਂ ਦੱਸਦੇ ਹਾਂ, ਅਤੇ ਉਹ ਪ੍ਰੋਗਰਾਮ ਤੋਂ ਬਾਅਦ ਮੈਨੂੰ ਫੋਨ ਕਰਕੇ ਪੁੱਛ ਲੈਣਾ, ਲੇਕਿਨ ਉਹਦੇ ਬਾਰੇ ਅੱਜ ਕੋਈ ਵੀ ਐੱਨ ਆਰ ਆਈ ਦੇ ਪ੍ਰੋਗਰਾਮ ਬਾਰੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਮੈਂ ਹੀ ਅੱਜ ਸਿਰਫ ਇਸ ਮੁੱਦੇ 'ਤੇ ਗੱਲ ਕਰਾਂਗੇ ਕਿ ਜਿਹੜੀ ਡਰੈਗ ਡੈਬਟ ਹੈ ਜੀ। ਸੋ ਜੀ ਪਹਿਲਾਂ ਤਾਂ ਦੱਸੋ ਆਪਣੇ ਕੋਲ ਡਰੈਗ ਡੈਬਟ ਕਿੰਨੀ ਕੁ ਹੋ ਗਈ ਜੀ? ਹੁਣ 1743 ਆਪਣੇ ਕੋਲ ਹੋ ਗਏ ਆ ਜੀ। ਅੱਛਾ ਜੀ, ਇਹ ਇੰਨੇ ਮੈਂਬਰ ਬਣ ਗਏ? ਇੰਨੇ ਮੈਂਬਰ ਆਪਣੇ ਕੋਲ ਬਣ ਗਏ ਹੈਗੇ। ਹਾਂਜੀ, ਅਤੇ ਜਿੱਦਾਂ ਆਪਾਂ ਪਹਿਲਾਂ ਤੋਂ ਕਹਿੰਦੇ ਆ ਰਹੇ ਸਾਨੂੰ 10,000 ਡਾਇਰੈਕਟ ਚਾਹੀਦਾ ਜਾਂ 50,000 ਪਾਉਂਡ ਜਾਂ 10,000 ਡਾਇਰੈਕਟ, ਕਈ ਵਾਧੂ ਵੀ ਦੇਣ ਦੇ ਆ, ਕੋਈ 5 ਕਰਦਾ, ਕੋਈ 11, ਜਿੰਨੀ ਦੀ ਸਮਰੱਥਾ ਕਿਸੇ ਕੋਲ ਹੈਗੀ ਆ ਉਹਦੇ ਹਿਸਾਬ ਨਾਲ ਅਗਲਾ ਲਵਾ ਦਿੰਦਾ ਹੈਗਾ ਆ। ਠੀਕ ਹੈ, ਅਤੇ ਹੁਣ 1743 ਹੋਏ ਆ ਹਲੇ, ਅਤੇ ਸੰਗਤਾਂ ਮੂਹਰੇ ਬੇਨਤੀ ਕਰਦੇ ਹਾਂ ਵੀ ਆਪਾਂ ਇਹਨੂੰ ਜਲਦੀ ਤੋਂ ਜਲਦੀ ਘੱਟੋ ਘੱਟ ਆਪਾਂ 2020 ਚੰਨ ਤੱਕ ਇਹਨੂੰ 2020 ਤੱਕ ਦਾ ਕਰੀਏ ਪੂਰੇ। ਬਿਲਕੁਲ, ਛੋਟਾ ਜਿਹਾ ਆਪਾਂ ਮਿਥ ਲਈਏ ਵੀ 2020 ਤੱਕ ਆਪਾਂ 2020 ਕਰ ਲਈਏ। ਮੈਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਦੱਸਣ ਚਾਹ ਰਿਹਾ ਵੀ ਜਿਸ ਵੇਲੇ ਬੈਠੇ ਸੀ ਤਾਂ ਉਸ ਵੇਲੇ ਮੇਰੀ ਫੋਨ 'ਤੇ ਗੱਲ ਹੋਈ ਸਾਡੇ ਵੁਲਵਰਹੈਂਪਟਨ ਦੇ ਵਿੱਚ। ਹਾਂਜੀ, ਇੱਕ ਆਰਮੀ ਟਰੈਵਲ, ਠੀਕ ਹੈ, ਜਿਹੜਾ ਕਿ ਹਰੀਸ਼ ਪਟੇਲ ਅਤੇ ਉਹਨਾਂ ਦੀ ਵਾਈਫ ਜੋ ਮਿਸ ਮੀਨਾ ਪਟੇਲ, ਮੀਨਾ ਪਟੇਲ, ਔਰ ਜਿਹੜੇ ਟਰੈਵਲ ਏਜੰਟ ਆ, ਬਹੁਤ ਸਾਰੀਆਂ ਸੰਗਤਾਂ ਉਹਨਾਂ ਨੂੰ ਜਾਣਦੀਆਂ। ਹਾਂਜੀ, ਸਾਡੇ ਵੁਲਵਰਹੈਂਪਟਨ ਵਿੱਚ ਹੀ ਨਹੀਂ ਜੀ, ਸੋ ਜੀ ਉਹਨਾਂ ਨੂੰ ਪੂਰੇ ਇੰਗਲੈਂਡ ਵਿੱਚ ਜਾਣਨ ਵਾਲੇ ਲੋਕ ਆ, ਜਿਹੜੇ ਪ੍ਰੋਫੈਸ਼ਨਲ ਲੋਕ ਆ ਉਹਨਾਂ ਕੋਲੋਂ ਹੀ ਟਿਕਟਾਂ ਲੈਂਦੇ ਆ। ਠੀਕ ਹੈ, ਪਰ ਉਹਨਾਂ ਨਾਲ ਮੇਰੀ ਗੱਲ ਹੋਈ ਥੋੜ੍ਹਾ ਚਿਰ ਬਹਿਣ ਤੋਂ ਪਹਿਲਾਂ, ਤਾਂ ਮੈਂ ਉਹਨਾਂ ਨੂੰ ਉਹਨਾਂ ਨੇ ਦੱਸਿਆ ਵੀ ਅੱਜ ਅਸੀਂ ਤੁਹਾਡਾ ਪ੍ਰੋਗਰਾਮ ਦੇਖਣਾ। ਮੈਂ ਕਿਹਾ ਜੀ ਅੱਜ ਅਸੀਂ ਪ੍ਰੋਗਰਾਮ ਆਹ ਕਰਨਾ ਆ ਅਤੇ ਤੁਹਾਨੂੰ ਮਹਿੰਗਾ ਪੈਣਾ। ਉਹ ਕਹਿੰਦੇ ਜੀ, ਮੈਂ ਕਿਹਾ 5 ਪਾਉਂਡ ਜਾਂ 10 ਪਾਉਂਡ, ਉਹ ਕਹਿੰਦੇ ਜਿੰਨਾ ਤੁਹਾਨੂੰ ਵਧੀਆ ਲੱਗਦਾ ਉਨਾ ਕਰ ਦਿਓ। ਉਹਨਾਂ ਨੇ 10 ਪਾਉਂਡ ਦਾ ਜਿਹੜਾ ਆ ਉਹ ਔਡਰ ਕਰ ਦਿੱਤਾ, ਜਿਹੜਾ ਸਟੈਂਡਰਡ। ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਮਹਾਰਾਜ ਅਤੇ ਚੜ੍ਹਦੀ ਕਲਾ ਬਖਸ਼ੇ, ਕਿਉਂਕਿ ਉਹ ਕੰਮ ਦੇ ਆਪਣੇ ਕੰਮ ਦੇ ਵਿੱਚ ਇੰਨੇ ਮਾਹਰ ਹਨ, ਉਹਨਾਂ ਤੋਂ ਕਦੀ ਕਿਸੇ ਨੂੰ ਕੋਈ ਅੜਾਮਾ ਨਹੀਂ ਆਉਂਦਾ। ਸੋ ਉਹਨਾਂ ਨੇ 10 ਪਾਉਂਡ ਦਾ ਡਰੈਕ ਡੈਬਿਟ ਦਿੱਤਾ। ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਵੀ ਮੇਰੇ ਜਾਣੂ ਸੱਜਣ ਮਿਲਦੇ ਜਾਂ ਜਦੋਂ ਵੀ ਮਿਲਦੇ ਆ, ਸੁਲਤਾਨਪੁਰ ਬਹੁਤ ਮਿਲੇ ਜੀ, ਇਟਲੀ 'ਚੋਂ ਮਿਲੇ, ਬਿਲਕੁਲ ਆਪਣੇ ਇੰਗਲੈਂਡ ਦੇ ਬਹੁਤ ਮਿਲੇ, ਅਜੇ ਤੁਹਾਨੂੰ ਅਸੀਂ ਮਤਲਬ ਅੱਜ ਉੱਦਾਂ ਦੇਖ ਲਿਆ, ਅਸੀਂ ਟੈਲੀਵਿਜ਼ਨ 'ਤੇ ਦੇਖਿਆ ਸੀ, ਬਹੁਤ ਵਧੀਆ ਪ੍ਰੋਗਰਾਮ ਹੁੰਦਾ। ਮੈਂ ਇਹ ਗੱਲ ਕਹਿੰਦਾ ਵੀ ਠੀਕ ਆ, ਪ੍ਰੋਗਰਾਮ 'ਤੇ ਵਧੀਆ ਦੇਣ ਦੀ ਕੋਸ਼ਿਸ਼ ਕਰੀ ਦੀ ਆ ਜਿੰਨਾ ਵੱਧ ਤੋਂ ਵੱਧ ਹੋਵੇ, ਪਰ ਇਹ ਮੇਰੀ ਰਿਕੁਐਸਟ ਆ ਵੀ 5 ਪਾਉਂਡ ਜਾਂ 10 ਪਾਉਂਡ ਮਹੀਨੇ ਦੇ ਜ਼ਰੂਰ ਕਰੋ, ਇਹ ਕੋਈ ਵੀ ਜ਼ਿਆਦਾ ਨਹੀਂ ਅਤੇ ਨਾ ਇਹ ਕੋਈ ਬਰਡਨ ਹੀ ਆ ਵੀ ਬਹੁਤ ਜ਼ਿਆਦਾ ਵੱਡਾ ਬਰਡਨ ਬਣ ਗਿਆ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ 5 ਪਾਉਂਡ ਜਾਂ 10 ਪਾਉਂਡ ਟੈਲੀਵਿਜ਼ਨ ਦੀ ਦੇਣੇ ਕੋਈ ਵੀ ਮਤਲਬ ਤੁਹਾਡੇ ਲਈ ਮੁਸ਼ਕਲ ਨਹੀਂ। ਲੱਕਾ ਸਿੰਘ ਜੀ, ਅੱਜ ਕੱਲ੍ਹ ਕਾਫੀ ਚਾਹ ਦਾ ਕੱਪ ਪੀਣ ਬਿਲਕੁਲ ਉੱਥੇ ਲੱਗ ਜਾਂਦੇ ਆ, 5 ਪਾਉਂਡ ਅੱਜ ਕੱਲ੍ਹ ਕੁਛ ਵੀ ਨਹੀਂ ਹੈਗੇ। ਹਾਂਜੀ, ਅਤੇ ਜੋ ਦੇਖੋ ਜਿੱਦਾਂ ਤੁਸੀਂ ਕਹਿ ਰਹੇ ਆ, ਅਮੈਰੀਕਾ, ਕੈਨੇਡਾ, ਯੂਰਪ ਦੇ ਵਿੱਚ, ਸਾਰੀ ਦੁਨੀਆਂ ਦੇ ਵਿੱਚ ਦੇਖਿਆ ਜਾ ਰਿਹਾ ਪ੍ਰੋਗਰਾਮ। ਬਿਲਕੁਲ ਜੀ, ਬਿਲਕੁਲ ਜੀ, ਪ੍ਰੋਗਰਾਮ ਜਿਹੜਾ ਜੀ ਬਹੁਤ ਮਤਲਬ ਵੱਡੀ ਪੱਧਰ 'ਤੇ ਦੇਖਿਆ ਜਾ ਰਿਹਾ। ਬਾਕੀ ਇਹ ਆ ਵੀ ਜਿਹੜੀ ਮੇਰੇ ਨਾਲ ਟੀਮ ਵੀ ਆਉਂਦੀ ਆ, ਉਹ ਵੀ ਐੱਨ ਆਰ ਆਈ ਦੀਆਂ ਪ੍ਰੋਬਲਮਾਂ ਬਹੁਤ ਸੋਲਵ ਹੁੰਦੀਆਂ, ਬਿਲਕੁਲ ਲੋਕਾਂ ਨੂੰ ਜਾਣਕਾਰੀ ਮਿਲਦੀ ਆ। ਭਾਰਤ ਭੂਸ਼ਣ ਜੀ ਕਿੰਨਾ ਮਤਲਬ ਉਹਨਾਂ ਕੋਲ ਐਕਸਪੀਰੀਅੰਸ ਹੈ ਵੀਜ਼ੇ ਲੈਣ ਦਾ, OCI ਪਾਸਪੋਰਟਾਂ ਦਾ, ਸਾਰਾ ਕੁਛ ਹੀ, ਲੋਕ ਦੂਰੋਂ ਦੂਰੋਂ ਆਉਂਦੇ ਉਹਨਾਂ ਦੇ। ਲੱਖਾ ਸਿੰਘ ਜੀ, ਆਪਣੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਖੋਲਾਂ ਲੈ ਨਹੀਂ ਹੁੰਦੀਆਂ, ਇੰਨੀਆਂ ਖੋਲਾਂ ਆਉਣੀਆਂ। ਬਿਲਕੁਲ ਜੀ, ਬਿਲਕੁਲ, ਹਰ ਇੱਕ ਨੂੰ ਹੈਲਪ ਮਿਲ ਰਹੀ ਆ। ਬਿਲਕੁਲ, ਕੋਈ ਆਪਾਂ ਕਿਸੇ ਨੂੰ ਚਾਰਜ ਨਹੀਂ ਕਰ ਰਹੇ, ਤੋ ਅੱਜ ਆਪਾਂ ਇਹੀ ਬੇਨਤੀ ਕਰਦੇ ਹਾਂ ਵੀ ਇੱਕ ਇੱਕ 5 ਪਾਉਂਡ ਦਾ ਡਾਇਰੈਕਟ ਡੈਬਿਟ। ਬਿਲਕੁਲ ਜੀ, ਮੈਂ ਕਹਿੰਦਾ ਵੀ 1.25 ਪਾਉਂਡ ਹਫ਼ਤੇ ਦਾ ਬਣਦਾ ਜੇ 5 ਪਾਉਂਡ। ਬਿਲਕੁਲ ਜੀ, ਬਿਲਕੁਲ, ਇਸ ਕਰਕੇ ਮੇਰੀ ਨਿਮਰਤਾ ਸਹਿਤ ਬੇਨਤੀ ਆ। ਮੈਂ ਇਹ ਵੀ ਗੱਲ ਕਹਿੰਦਾ ਵੀ ਮੰਗਣਾ ਬੜਾ ਔਖਾ, ਬਹੁਤ ਔਖਾ, ਪਰ ਜਿਹੜਾ ਮੰਗਣਾ ਕਿਸੇ ਚੰਗੇ ਕਾਜ ਲਈ, ਹਾਂਜੀ, ਤੁਹਾਨੂੰ ਆਪਣੇ ਲਈ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਸੋ ਸਿੱਖ ਨੂੰ ਮੰਗਤਾ ਨਹੀਂ ਬਣਾਇਆ ਰੱਬ ਨੇ, ਸਿੱਖ ਨੂੰ ਸਰਦਾਰ ਬਣਾਇਆ, ਪਰ ਆਹ ਜਿਹੜੇ ਟੈਲੀਵਿਜ਼ਨ ਚੱਲਣਾ, ਇਹਨਾਂ ਦੇ ਖਰਚੇ, ਇਹ ਠੀਕ ਆ, ਇਹ ਨਹੀਂ ਵੀ ਸਾਡੇ ਟੈਲੀਵਿਜ਼ਨ ਦਾ ਇਕੱਲੇ ਦਾ ਖਰਚਾ, ਜਿੰਨੇ ਵੀ ਚੱਲਦੇ ਸਾਰਿਆਂ ਦੇ ਖਰਚੇ ਹੁੰਦੇ, ਸਾਰਿਆਂ ਦੇ ਖਰਚੇ ਹੁੰਦੇ ਆ, ਪਰ ਤੁਹਾਡਾ ਆਪੋ ਆਪਣਾ ਮਤਲਬ ਅਕੀਦਾ ਆ, ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਸਾਡਾ ਟੈਲੀਵਿਜ਼ਨ ਦੇਖਦੇ, ਸਾਡੇ ਪ੍ਰੋਗਰਾਮ ਦੇਖਦੇ, ਉਹਨਾਂ ਨੂੰ ਮੈਂ ਜ਼ਰੂਰ ਇਹ ਬੇਨਤੀ ਕਰਾਂਗਾ ਕਿ 5 ਪਾਉਂਡ ਜਾਂ 10 ਪਾਉਂਡ
ਮਹੀਨੇ ਲਈ ਕੋਈ ਵੀ ਇਹ ਜ਼ਿਆਦਾ ਗੱਲ ਨਹੀਂ, ਅਤੇ ਜ਼ਰੂਰ ਤੁਸੀਂ ਮਤਲਬ ਇੱਥੇ ਟੈਲੀਫੋਨ ਕਰਕੇ ਵੀ ਤੁਸੀਂ ਭੇਜ ਸਕਦੇ ਹੋ ਜਾਂ ਫੋਨ ਕਰਕੇ ਫਾਰਮ ਮੰਗਾ ਸਕਦੇ ਹੋ। ਪਰ ਇਹਦੇ ਲਈ ਮੈਂ ਤੁਹਾਨੂੰ ਤਰਸੇਮ ਕੌਰ ਜੀ ਪੁੱਛਾਂਗਾ ਕਿ ਤੁਸੀਂ ਇੱਥੇ ਬੈਠੇ ਇਹ ਐਡਮਿਨਿਸਟ੍ਰੇਸ਼ਨ ਦਾ ਕੰਮ ਸਾਰਾ ਕਰਦੇ ਹਾਂ, ਜੇ ਫਰਜ਼ ਕਰ ਲਓ ਹੁਣ ਕੋਈ ਕਾਲ ਆਉਂਦੀ ਤਾਂ ਕਹਿੰਦੇ ਜੀ ਅਸੀਂ 5 ਪਾਉਂਡ ਜਾਂ 10 ਪਾਉਂਡ ਦੇਣੇ, ਤਾਂ ਕਿੱਦਾਂ ਤੁਸੀਂ ਫਿਰ ਉਹਨਾਂ ਨੂੰ ਰਿਸੀਵ ਕਰਦੇ ਹਾਂ ਜੀ? ਸਾਨੂੰ ਤਾਂ ਬਸ ਉਹਨਾਂ ਨੂੰ ਦੱਸਣਾ ਹੁੰਦਾ ਵੀ ਕਿੰਨੇ ਪੈਸਿਆਂ ਦਾ ਡਾਇਰੈਕਟ ਡੈਬਿਟ ਸੈੱਟ ਕਰਨਾ, ਕਿਸੇ ਨੇ 5 ਪਾਉਂਡ ਦਾ ਕਰਨਾ ਆ, ਅਤੇ ਉਹ ਕਰਕੇ ਫਿਰ ਅਸੀਂ ਉਹਨਾਂ ਨੂੰ ਉਹਨਾਂ ਦਾ ਨਾਂ ਐਡਰੈਸ ਪੁੱਛੀਦਾ। ਅੱਛਾ ਜੀ। ਹਾਂਜੀ, ਉਹ ਪੁੱਛ ਕੇ ਟੈਲੀਫੋਨ ਪੁੱਛੀਦਾ, ਤਾਂ ਫਿਰ ਉਹ ਤੋਂ ਬਾਅਦ ਸਾਨੂੰ ਕਾਰਡ ਦੇ ਡੀਟੇਲਸ ਚਾਹੀਦੇ ਹੁੰਦੇ ਆ, ਜਿਹੜਾ ਉਹਨਾਂ ਦਾ ਡੈਬਿਟ ਕਾਰਡ ਆ ਸਾਨੂੰ ਉਹਦੇ ਉੱਤੋਂ ਸੋਟ ਕੋਡ ਅਤੇ ਅਕਾਊਂਟ ਨੰਬਰ, ਠੀਕ ਹੈ, ਇਹ ਦੋਨੇ ਚੀਜ਼ਾਂ ਚਾਹੀਦੀਆਂ। ਅਤੇ ਇਸ ਤੋਂ ਬਾਅਦ ਉਹ ਆਪਾਂ ਉਹਨਾਂ ਨੂੰ 15 ਦਿਨ ਕਹੀਦਾ ਵਿਚਾਰੇ। ਜੇ ਕ੍ਰੈਡਿਟ ਕਾਰਡ ਆ, ਉਹ ਕ੍ਰੈਡਿਟ ਕਾਰਡ ਦੇ ਵਿੱਚ ਵੀ ਕਈਆਂ ਦੇ ਤਾਂ ਹੁੰਦਾ ਆ ਅਕਾਊਂਟ ਨੰਬਰ, ਪਰ ਜਿੱਦਾਂ ਬਿਲਡਿੰਗ ਸੋਸਾਇਟੀ ਆ ਉਹਦੇ ਉੱਤੇ ਨਹੀਂ ਹੁੰਦਾ। ਅੱਛਾ, ਠੀਕ ਹੈ ਜੀ। ਜਿਹੜਾ ਡੈਬਿਟ ਕਾਰਡ ਹੈ ਉਹਦੇ 'ਤੇ ਹਰਗਿਜ਼ ਹੁੰਦਾ ਹੈ, ਡੈਬਿਟ ਕਾਰਡ ਤੋਂ। ਹਾਂਜੀ, ਉਹਦੇ ਦਾ ਮਤਲਬ ਤੁਹਾਡਾ ਕਹਿਣ ਦਾ ਭਾਵ ਹੈ ਵੀ ਡੈਬਿਟ ਕਾਰਡ ਤੋਂ ਹੀ ਹੋਣਾ ਚਾਹੀਦਾ। ਹਾਂਜੀ ਹਾਂਜੀ, ਨੋਰਮਲੀ ਉਹਦੇ। ਅੱਛਾ, ਜੇ ਫਰਜ਼ ਕਰ ਲਓ ਜੀ ਤੁਸੀਂ ਕਿਸੇ ਨੇ 5 ਪਾਉਂਡ ਸੈੱਟ ਕੀਤੇ ਜਾਂ 10 ਕੀਤੇ ਆ ਜੀ, ਤੇ ਗਲਤੀ ਨਾਲ ਕੋਈ ਪੈਸੇ ਜ਼ਿਆਦੇ ਜਾਂ ਥੋੜੇ ਹੋ ਜਾਣ, ਫਿਰ ਉਹਦਾ ਕਿੱਦਾਂ ਪਤਾ ਲੱਗਦਾ ਤੁਹਾਨੂੰ? ਇੱਦਾਂ ਅਸੀਂ ਕਰ ਨਹੀਂ ਸਕਦੇ, ਜਿੰਨੇ ਉਹਨਾਂ ਨੇ ਕਹਿਣਾ ਆ ਉਹਨੇ ਕਰਦੇ, ਫਿਰ ਸਾਨੂੰ ਉਹਦੇ ਬਾਈ ਮਿਸਟੇਕ ਕਿਤੇ ਕੁਛ ਹੋ ਜਾਏ। ਹਾਂਜੀ, ਪਰ ਜਿਹੜਾ ਜਿਹਨਾਂ ਨੇ ਸੈਟਅਪ ਕਰਨਾ ਹਨਾ, ਅਸੀਂ ਉਹਨਾਂ ਨੂੰ 10 ਦਿਨ ਦੇਈਦੇ ਵਿਚਾਲੇ ਵੀ ਉਹ ਡੇਟ ਤੋਂ ਕਿੰਨੀ ਦੇਰ 'ਚ ਆ, ਉਹ ਤਾਂ ਹੁੰਦਾ ਆ ਕਿ ਬੈਂਕ ਵਾਲਿਆਂ ਕੋਲ ਟਾਈਮ ਹੈਗਾ ਆ, ਉਹ ਉਹਨਾਂ ਨੂੰ ਚਿੱਠੀ ਪਾ ਕੇ ਦੱਸੂਗੇ, ਠੀਕ ਹੈ, ਵੀ ਉਹ ਇੰਨੇ ਅਸੀਂ ਪੈਸੇ ਤੁਹਾਡੇ ਦੇ ਤੁਸੀਂ ਸੈਟਅਪ ਕੀਤਾ ਡਾਇਰੈਕਟ ਡੈਬਿਟ, ਠੀਕ ਹੈ, ਅਤੇ ਜੇ ਉਹ ਕਹਿਣਗੇ ਠੀਕ ਆ ਜਾਂ ਉਹਨਾਂ ਨੂੰ ਲੱਗੇ ਪਏ ਗਲਤ ਆ, ਉਹ ਮਿਸਟੇਕ ਉਹ ਕਹਿ ਸਕਦੇ ਪਏ ਨਹੀਂ ਅਸੀਂ ਇੰਨੇ ਨਹੀਂ ਕੀਤੇ। ਨਕਲ ਦੀ ਕੋਈ ਵੀ ਡਾਇਰੈਕਟ ਡੈਬਿਟ ਸ਼ੁਰੂ ਹੋਣ ਤੋਂ ਪਹਿਲਾਂ ਹਰ ਇੱਕ ਨੂੰ ਚਿੱਠੀ ਜਾਂਦੀ ਆ ਕਿ ਤੁਸੀਂ ਆ 5 ਪਾਉਂਡ ਦਾ ਜਾਂ 10 ਪਾਉਂਡ ਦਾ ਸੈੱਟ ਕੀਤਾ ਹੈਗਾ ਆ, ਜੇ ਤੁਸੀਂ ਨਹੀਂ ਕੀਤਾ ਤੁਸੀਂ ਸਾਨੂੰ ਦੱਸੋ ਫੋਨ ਕਰਕੇ, ਫਿਰ ਉਹ ਨਹੀਂ ਜਾਊਗਾ। ਸੋ ਕੋਈ ਮਿਸਟੇਕ ਹੋਣ ਦੀ ਬਹੁਤੀ ਇਦਾਂ ਦੀ ਗੱਲ ਨਹੀਂ ਹੈਗੀ, ਉਹ ਹੋਊਗਾ ਨਹੀਂ ਡੈਬਿਟ ਜਦ ਤੱਕ ਜੇ ਉਹਨਾਂ ਨੂੰ ਲੱਗੇ ਪਏ ਅਸੀਂ ਨਹੀਂ ਕੀਤਾ, ਉਹ ਬੈਂਕ ਨੂੰ ਉਹਦੇ ਦੱਸ ਨਹੀਂ ਵੀ ਇਹ ਸੈੱਟ ਕੀਤਾ ਹੈਗਾ, ਉਹਨਾਂ ਦੇ ਨਹੀਂ ਆਉਣਗੇ ਪੈਸੇ, ਬਿਲਕੁਲ ਜੀ ਉਹ ਨਹੀਂ ਆਊਗੇ। ਸੋ ਹਲੇ ਤੱਕ ਇਦਾਂ ਦਾ ਕੋਈ ਚਾਂਸ ਹੋਇਆ ਨਹੀਂ ਹੈਗਾ ਕੋਈ ਵੀ, ਕਿਉਂਕਿ ਆਪਣੇ ਜਿੰਨੇ ਵੀ ਐਡਮਿਨਿਸਟ੍ਰੇਟਿਵ ਹੈਗੇ ਆ ਬੜੇ ਖੈਫਲ ਬੜੇ ਧਿਆਨ ਦੇ ਨਾਲ ਕਰਦੇ ਆ ਕਿ ਕੋਈ ਮਿਸਟੇਕ ਨਾ ਕਿਤੇ ਵੀ ਹੋ ਜਾਵੇ। ਹਾਂਜੀ ਹਾਂਜੀ, ਤੇ ਇਹ ਜਿਹੜਾ ਮਤਲਬ ਉਦਾਂ ਤਕਰੀਬਨ ਮੈਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹਾਂਗਾ ਵੀ ਫੋਨ ਕਾਲ ਵੀ ਤੁਸੀਂ ਕਰਕੇ ਸਾਨੂੰ ਦੱਸ ਸਕਦੇ ਹੋ, ਤੇ ਜੇ ਹੁਣ ਵੀ ਫੋਨ ਕਿਸੇ ਨੇ ਕਰਨਾ ਹੋਵੇ ਸਾਨੂੰ ਕਰਕੇ, ਜੇ ਬਾਅਦ 'ਚ ਕਰਕੇ ਦੱਸਣਾ ਹੋਵੇ ਤੇ ਬਾਅਦ 'ਚ ਵੀ ਦੱਸ ਸਕਦੇ ਹੋ, ਪਰ ਇਹਦੇ ਲਈ ਜ਼ਰੂਰ 5 ਪਾਉਂਡ ਜਾਂ 10 ਪਾਉਂਡ ਇਹ ਕੋਈ ਜ਼ਿਆਦਾ ਨਹੀਂ, ਅਤੇ ਇਸ ਕਰਕੇ ਜ਼ਰੂਰ ਕਰੋ, ਕਿਉਂਕਿ ਜਿਸ ਤਰ੍ਹਾਂ ਸਰਦਾਰ ਜੀਤ ਸਿੰਘ ਹੋਰਾਂ ਨੇ ਦੱਸਿਆ ਵੀ ਜਾਂ ਸਾਡੇ ਮੈਂਬਰ ਜ਼ਿਆਦਾ ਹੋ ਜਾਣ ਜਾਂ 50,000 ਪਾਉਂਡ ਮਹੀਨੇ ਦਾ ਹੋ ਜਾਵੇ, ਉਦੋਂ ਬਾਅਦ ਅਸੀਂ ਕਦੀ ਟੈਲੀਵਿਜ਼ਨ ਦੇ ਲਈ ਅਪੀਲ ਨਹੀਂ ਕਰਨੀ, ਬਾਕੀ ਕਾਜਾਂ ਲਈ ਜੋ ਸੰਗਤ ਏਡ ਨੇ ਮਤਲਬ ਕੰਮ ਕੀਤੇ ਆ, ਬਿਲਕੁਲ ਜੀ, ਸੰਗਤ ਏਡ ਦੇ ਥੱਲੇ ਜਿਹੜੇ ਵੀ ਮਤਲਬ ਸੰਗਤਾਂ ਸਹਿਯੋਗ ਦੇਣਗੀਆਂ ਉਹ ਭਲਾਈ ਦੇ ਕੰਮ ਜਿਹੜੇ ਉਹ ਚੱਲਦੇ। ਦੇਖੋ ਲੱਖਾ ਸਿੰਘ ਜੀ, ਜੋ ਸੰਗਤ ਏਡ ਨੇ ਕੰਮ ਕੀਤੇ ਆ ਉਹ ਇੱਥੇ ਹੀ ਨਹੀਂ, ਉਹ ਸਾਰੀ ਦੁਨੀਆ 'ਚ ਲੋਕੀ ਉਹਨੂੰ ਸਰਸਾਉਂਦੇ ਆ ਵੀ ਜਿਸ ਤਰੀਕੇ ਦੇ ਨਾਲ ਕੀਤੇ ਗਏ ਹੈਗੇ ਆ, ਕੱਲੀ ਕੱਲੀ ਚੀਜ਼ ਦੇਖ ਕੇ ਇੰਸਪੈਕਟ ਕਰਕੇ, ਕੱਲਾ ਕੱਲਾ ਪੈਸਾ ਇੰਨਾ ਸੋਚ ਸਮਝ ਕੇ ਲਾਇਆ ਕਿਤੇ ਵਾਧੂ ਵੀ ਨਾ ਲੱਗੇ, ਜੋ ਸੰਗਤ ਨੇ ਦਿੱਤਾ ਹੈਗਾ ਆ ਵੀ ਉਹ ਉੱਥੇ ਹੀ ਲੱਗੇ, ਬਿਲਕੁਲ, ਤਾਂ ਉਹ ਤੁਸੀਂ ਇੰਡੀਆ ਜਾ ਕੇ ਦੇਖ ਲਓ ਹਰ ਥਾਂ 'ਤੇ ਸੰਗਤ ਏਡ ਦੀ ਗੱਲ ਹੋਊਗੀ, ਜਿਸ ਤਰੀਕੇ ਦੇ ਨਾਲ ਉਹ ਪੈਸਾ ਸੰਗਤ ਦਾ ਉੱਥੇ ਗਿਆ ਹੈਗਾ ਆ। ਦੂਜੀ ਗੱਲ ਲੱਖਾ ਸਿੰਘ ਜੀ, ਸੰਗਤ ਟਰੱਸਟ ਬਣਿਆ ਸੰਗਤਾਂ ਦੇ ਲਈ ਸੀਗਾ, ਬਿਲਕੁਲ ਜੀ, ਇਹ ਇੱਕ ਰਜਿਸਟਰਡ ਚੈਰਿਟੀ ਆ, ਇਹ ਇੱਕੋ ਇੱਕ ਰਜਿਸਟਰਡ ਚੈਰਿਟੀ ਆ ਜਿਹਦੇ ਵਿੱਚ ਇੰਡੀਪੈਂਡੈਂਟ ਅਲੱਗ ਅਲੱਗ ਟਰੱਸਟੀਜ਼ ਵਾ, ਤੇ ਇਹਨਾਂ ਦੇ ਮੁੱਖ ਸੇਵਾਦਾਰ ਸਾਡੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਹੁਣੀ ਜੀ ਆ ਸੋਹਰ ਤੋਂ ਬਾਬਾ ਜੀ, ਤੇ ਉਹ ਚੇਅਰਮੈਨ ਆ ਇਸ ਟਰੱਸਟ ਦੇ, ਤੇ ਕਿਉਂਕਿ ਸਾਰੇ ਹੀ ਇੰਨੇ ਸੁਲਝੇ ਹੋਏ, ਹਰ ਇੱਕ ਇੰਨੀ ਨਿਗਰਾਨੀ ਰੱਖੀ ਜਾਂਦੀ ਆ ਵੀ ਕਿਸੇ ਦਾ ਵੀ ਪੈਸਾ ਕਿਤੇ ਮਿਸਯੂਜ਼ ਨਾ ਹੋਵੇ ਔਰ ਉਹ ਸਹੀ ਤਰੀਕੇ ਨਾਲ ਉੱਥੇ ਹੀ ਲੱਗੇ, ਔਰ ਇਹ ਸੰਗਤਾਂ ਦਾ ਆਪਣਾ ਟਰੱਸਟ ਵਾ ਤੇ ਇਹਦੇ ਮੈਂਬਰ ਬਣੋ, ਇਹਨੂੰ ਹੋਰ ਸਟਰੋਂਗ ਬਣਾਓ। ਹਾਂਜੀ, ਤੇ ਜਿੰਨਾ ਇਹ ਸਟਰੋਂਗ ਹੋਊਗਾ ਉਨਾ ਹੀ ਵਧੀਆ ਤੁਹਾਨੂੰ ਹੋਰ ਪ੍ਰੋਗਰਾਮ ਦੇ ਸਕੂਗਾ। ਬਿਲਕੁਲ ਜੀ, ਹਾਂਜੀ, ਮੈਂ ਤੇ ਪਹਿਲਾਂ ਹੀ ਜੀਸੋ ਜੀ ਜਿਹੜੀ ਇਹ ਗੱਲ ਕਹੀ ਵੀ ਜਿਸ ਕਾਜ ਲਈ ਪੈਸਾ ਇਕੱਠਾ ਹੁੰਦਾ, ਬਿਲਕੁਲ ਜੀ, ਉਸੇ ਕਾਜ ਤੇ ਖਰਚਿਆ ਜਾਂਦਾ, ਇਹੀ ਸੰਗਤ ਟਰੱਸਟ ਦਾ ਅਕੀਦਾ ਇਹੀ ਰਿਹਾ, ਏਮ ਇਹੀ ਆ, ਕਿਉਂਕਿ ਬਾਕੀ ਜਿਹੜੀ ਇਹ ਗੱਲ ਹੈਗੀ ਆ ਇਸ ਟਰੱਸਟ ਦੇ ਚੇਅਰਮੈਨ ਜਿਹੜੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਨਿਸ਼ਕਾਮ ਸੇਵਕ ਜਥਾ ਦੇ ਮੁਖੀ, ਬਿਲਕੁਲ, ਉਹਨਾਂ ਦਾ ਨਾਂ ਇਸ ਵੇਲੇ ਸਮੁੱਚੇ ਸੰਸਾਰ ਵਿੱਚ ਮਤਲਬ ਇੱਕ
ਜੋਤ ਵਾਂਗੂ ਜਗਦਾ ਜੀ ਬਿਲਕੁਲ ਹਾਂਜੀ ਉਹਨਾਂ ਦੇ ਨਾਂ ਤੋਂ ਸਾਰੀ ਦੁਨੀਆਂ ਸਿੱਖ ਕੌਮ ਹੀ ਨਹੀਂ ਬਾਕੀ ਕੌਮਾਂ ਵੀ ਵਾਕਫ ਹੋ ਗਈਆਂ ਜਿੰਨਾ ਉਹਨਾਂ ਨੇ ਕੰਮ ਕੀਤਾ ਔਰ ਉਹਨਾਂ ਦੇ ਇਹ ਰਹਿਨੁਮਾਈ ਵਿੱਚ ਇਹ ਸਾਰੇ ਪ੍ਰੋਗਰਾਮ ਚੱਲਦੇ ਆ ਅਤੇ ਉਹਨਾਂ 'ਤੇ ਗੁਰੂ ਦੀ ਬਖਸ਼ਿਸ਼ ਆ ਉਹਨਾਂ ਦੀ ਬਖਸ਼ਿਸ਼ ਦੇ ਨਾਲ ਹੀ ਇਹ ਜਿਹੜਾ ਟੈਲੀਵਿਜ਼ਨ ਵੀ ਚੱਲ ਰਿਹਾ ਅਤੇ ਕਿਉਂਕਿ ਸਾਰੇ ਟਰੱਸਟੀ ਜਿਹੜੇ ਜਿਸ ਤਰ੍ਹਾਂ ਹੁਣ ਜਿੰਨੇ ਵੀ ਗਏ ਸੀ ਜਿੱਦਾਂ ਪਹਿਲੋਂ ਰਣਧੀਰ ਸਿੰਘ ਫਲੱਡ ਵੇਲੇ ਗਿਆ ਬਿਲਕੁਲ ਉਹਨਾਂ ਨੇ ਆਪਣੇ ਕੋਲੋਂ ਸਮਾਂ ਇੰਨਾ ਦਿੱਤਾ ਨਾਲ ਆਪਣੇ ਕੋਲੋਂ ਪੈਸੇ ਵੀ ਖਰਚੇ ਬਿਲਕੁਲ ਇਹ ਗੱਲ ਨਹੀਂ ਵੀ ਜਿਹੜੇ ਇਸ ਫੰਡ ਦੇ ਵਿੱਚੋਂ ਕੋਈ ਪੈਸਾ ਜਿਹੜਾ ਸਾਡੇ ਟਰੱਸਟ ਦਾ ਬੰਦਾ ਜਾ ਕੇ ਕੋਈ ਖਰਚਦਾ ਹੋਵੇ ਉਹ ਜਿਹੜੇ ਪੈਸੇ ਆ ਉਹ ਬਿਲਕੁਲ ਉਸੇ ਕਾਜ ਦੇ ਉੱਤੇ ਲੱਗਦੇ ਆ ਜਿਸ ਕਾਜ ਲਈ ਇਕੱਠੇ ਹੁੰਦੇ ਆ ਪਰ ਇਹ ਤਾਂ ਮੈਂ ਦੱਸ ਰਿਹਾ ਕਿ ਇਸ ਕੋਈ ਵੀ ਮੈਂ ਜਿਹੜੇ ਮਤਲਬ ਪੈਸੇ ਵੀ ਦਿੰਦੇ ਜਾਂ ਕੋਈ ਵੀ ਸਾਡਾ ਦਰਸ਼ਕ ਇਹਦੇ ਬਾਰੇ ਹਿਸਾਬ ਕਿਤਾਬ ਪੁੱਛਣਾ ਹੋਵੇ ਕਦੀ ਵੀ ਕੋਈ ਆ ਕੇ ਉਹ ਵੀ ਪੁੱਛ ਸਕਦਾ ਪਹਿਲਾਂ ਪੂਰੀਆਂ ਇੱਥੇ ਪਈਆਂ ਜੀ ਕਿਹਨੂੰ ਲੱਗਿਆ ਕਿ ਪੈਸਾ ਦਿੱਤਾ ਆ ਉਹਨਾਂ ਦੇ ਆਧਾਰ ਕਾਰਡ ਵੀ ਨਾਲ ਲੱਗੀ ਹੋਊਗਾ ਕਿ ਕਿਹਦਾ ਘਰ ਬਣ ਰਿਹਾ ਆ ਕਿਹੜੇ ਗੁਰਦੁਆਰੇ 'ਚ ਸੇਵਾ ਹੋ ਰਹੀ ਆ ਕਿਹਨੂੰ ਖਲ ਦਿੱਤੀ ਆ ਉਹ ਇੱਕ ਚੀਜ਼ ਪਈ ਆਪਣੇ ਕੋਲ ਜੀ ਬਿਲਕੁਲ ਸਾਰੀਆਂ ਇਨਵੋਇਸ ਪਈਆਂ ਉਹ ਆ ਕੇ ਕੋਈ ਵੀ ਸੱਜਣ ਦੇਖਣਾ ਚਾਹੁੰਦਾ ਹੋਵੇ ਉਹ ਦੇਖ ਵੀ ਸਕਦਾ ਅਤੇ ਬਾਕੀ ਇਹ ਤਾਂ ਅੱਜ ਗੱਲ ਤਾਂ ਤਾਂ ਕਰਨੇ ਪਰ ਅੱਜ ਮੇਨ ਗੱਲ ਜਿਹੜੀ ਹੈਗੀ ਆ ਉਹ ਹੈਗੀ ਆ ਡਾਇਰੈਕਟ ਡੈਬਿਟ ਦੀ ਜਿਹੜੇ ਕਿ ਟੈਲੀਵਿਜ਼ਨ ਲਈ ਪੈਸਿਆਂ ਦੀ ਜ਼ਰੂਰਤ ਆ ਕੋਈ 5 ਪਾਉਂਡ ਚਾਹੇ ਤਾਂ ਉਹ ਮਹੀਨੇ ਦੀ ਦੇ ਦੇਵੇ ਚਾਹੇ 60 ਪਾਉਂਡ ਲਮਸਮ ਇਕੱਠਾ ਦੇ ਦੇਵੇ ਹਾਂਜੀ ਅਤੇ ਇਸ ਤਰ੍ਹਾਂ ਵੀ ਹੈਗੇ ਆ ਸੱਜਣ ਪਿੱਛੇ ਜੇ ਇੱਕ ਸੱਜਣ ਨੇ ਉਹਨਾਂ ਨੇ ਮੈਨੂੰ 60 ਪਾਉਂਡ ਕਲਾਏ ਸਾਡੇ ਵਿਲਨ ਹਾਲ ਤੋਂ ਸਰਦਾਰ ਗੁਰਦੇਵ ਸਿੰਘ ਜੀ ਖੈੜਾ ਅਤੇ ਮੇਰੇ ਇਹ ਧਿਆਨ 'ਚ ਨਹੀਂ ਸੀ ਅਤੇ ਮੈਂ ਉੱਦਾਂ ਉਹਨਾਂ ਨੂੰ ਟੈਲੀਫੋਨ ਕੀਤਾ ਮੈਂ ਕਿਹਾ ਜਾਂ 50 ਦਿੰਦੇ ਜਾਂ 100 ਦਿੰਦੇ ਉਹ ਕਹਿੰਦੇ ਤੁਸੀਂ 5 ਪਾਉਂਡ ਕਿਹਾ ਸੀ ਮੈਂ 12 ਮਹੀਨਿਆਂ ਦੇ ਗੱਲ ਦਿੱਤਾ ਮੈਂ ਕਿਹਾ ਮੈਨੂੰ ਫੇਰ ਪਤਾ ਲੱਗਾ ਸੋਈ ਮੈਂ ਇਹ ਕਹਿਣਾ ਚਾਹੁੰਦਾ ਵੀ ਜ਼ਰੂਰ ਤੁਸੀਂ ਇਕੱਠੇ ਵੀ ਭੇਜ ਸਕਦੇ ਹਾਂ ਸੋ ਜੇ ਕਿਸੇ ਨੇ ਫੋਨ ਕਰਕੇ ਕੋਈ ਇਹਦੇ ਸੰਬੰਧ ਵਿੱਚ ਗੱਲ ਕਹਿਣੀ ਹੋਵੇ ਤਾਂ ਜ਼ਰੂਰ ਕਹਿ ਸਕਦੇ ਬਾਕੀ ਤੁਸੀਂ ਟੈਲੀਫੋਨ ਜਦੋਂ ਆਉਂਦੇ ਆ ਉਦੋਂ ਤੁਸੀਂ ਇਹਦੇ 'ਤੇ ਕਿੰਨਾ ਕੁ ਟਾਈਮ ਲੱਗਦਾ ਜਿੱਦਾਂ ਮਤਲਬ ਤਕਰੀਬਨ 5 ਮਿੰਟ ਮਸੀ ਲੱਗਦਾ 5 ਮਿੰਟ ਲੱਗ ਹਾਂਜੀ 5 ਮਿੰਟ ਮਸੀ ਲੱਗਦੇ ਆ ਹਾਂਜੀ ਹਾਂਜੀ ਅਤੇ 5 ਮਿੰਟ ਦੇ ਵਿੱਚ ਉਹਦੇ ਜਾਣੀ 15 ਦਿਨਾਂ ਬਾਅਦ ਉਹ ਪੈਸੇ ਜਿਹੜੇ ਉਹਨਾਂ ਦੀ ਬੈਂਕ 'ਚੋਂ ਆਉਣੇ ਹਾਂਜੀ ਅਸੀਂ ਉਹ 10 ਦਿਨ ਰੱਖੀ ਦੇ ਆ ਜਾਂ 15 ਤਰੀਕ ਨੂੰ ਜਾਂ 28 ਦਾ 28 ਤੇ ਹਾਂਜੀ ਹਾਂਜੀ ਜਾਂ ਮਿਡਲ 'ਚ ਜਾਂ ਐਂਡ 'ਤੇ ਠੀਕ ਹੈ ਹਾਂਜੀ ਉਹਨਾਂ ਨੂੰ ਦੱਸੀਦਾ ਵੀ ਇਸ ਡੇਟ ਨੂੰ ਤੁਸੀਂ ਠੀਕ ਆ ਹਾਂਜੀ ਫਿਰ ਜੇ ਉਹ ਕਹਿੰਦਾ ਨਹੀਂ ਇਸ ਡੇਟ ਨੂੰ ਕਰ ਦਿਓ ਸੈਟਅਪ ਫਿਰ ਅਸੀਂ ਉਹੀ ਡੇਟ ਕਰੀਦੀ ਆ ਹਾਂ ਠੀਕ ਬਾਕੀ ਇਹ ਦਰਸ਼ਕਾਂ ਨੂੰ ਜ਼ਰੂਰ ਮੈਂ ਇੱਕ ਹੋਰ ਬੇਨਤੀ ਕਰੂੰਗਾ ਕਿ ਜੇ ਤੁਹਾਨੂੰ ਕੋਈ ਸਾਡੇ ਵੱਲੋਂ ਕੋਈ ਗੱਲ ਆਉਂਦੀ ਆ ਤੁਹਾਨੂੰ ਲੱਗਦਾ ਵੀ ਆਹ ਕੰਮ ਤੁਹਾਡਾ ਠੀਕ ਨਹੀਂ ਤਾਂ ਸਾਨੂੰ ਜ਼ਰੂਰ ਦੱਸੋ ਅਤੇ ਜਿਹੜੇ ਤੁਸੀਂ ਕੋਈ ਵੀ ਸੱਜਣ ਆ ਕੇ ਸਾਡੇ ਨਾਲ ਇੱਥੇ ਟੈਲੀਵਿਜ਼ਨ 'ਤੇ ਬਹਿ ਕੇ ਵੀ ਹਾਂਜੀ ਬਿਲਕੁਲ ਸੰਗਤਾਂ ਨੂੰ ਬੇਨਤੀ ਕਰਨ ਦੀ ਜਿੱਥੇ ਅਸੀਂ ਕਰਦੇ ਹਾਂ ਸਾਡੇ ਨਾਲ ਆ ਕੇ ਕੋਈ ਬੇਨਤੀ ਕਰਨੀ ਚਾਹੁੰਦਾ ਹੋਵੇ ਬਿਲਕੁਲ ਅਤੇ ਉਹ ਵੀ ਵੈਲਕਮ ਆ ਸਕਦਾ ਕਿਉਂਕਿ ਹੁਣ ਦੇਖੋ ਕ੍ਰਿਸਮਿਸ ਦਾ ਸਮਾਂ ਆ ਰਿਹਾ ਠੀਕ ਆ ਪਰ ਇਸ ਮਹੀਨੇ ਦੇ ਵਿੱਚ ਕ੍ਰਿਸਮਿਸ ਭਾਵਾਂ ਇੱਕ ਇਹ ਲੋਕ ਜਿਹੜੇ ਕ੍ਰਿਸਮਿਸ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਦੇ ਆ ਪਰ ਸਾਡੇ ਲਈ ਆਹ ਜਿਹੜਾ ਮਹੀਨਾ ਆ ਇਹ ਬਹੁਤ ਹੀ ਇੱਕ ਮਤਲਬ ਸ਼ਹਾਦਤਾਂ ਦਾ ਮਹੀਨਾ ਜਿਹਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਫਿਰ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਮਾਤਾ ਗੁਜਰ ਕੌਰ ਦੀ ਦੇਖੋ ਜੀ ਕਿੰਨਾ ਇਹ ਜਿਹੜਾ ਮਹੀਨਾ ਆ ਇਹਦੇ 'ਚ ਮਤਲਬ ਬਹੁਤ ਹੀ ਸਿੱਖੀ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਹਰ ਥਾਂ 'ਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਦੇ ਨਿਮਿੱਤ ਪ੍ਰੋਗਰਾਮ ਮਨਾਏ ਜਾਂਦੇ ਅਤੇ ਨਵਾਂ ਸਾਲ ਭਾਵਾਂ ਕਿ ਸਾਡਾ ਨਵਾਂ ਸਾਲ ਨਹੀਂ ਲੇਕਿਨ ਦੁਨਿਆਵੀ ਕੰਮਾਂ ਦੇ ਨਾਲ ਇਹ ਜਿਹੜਾ ਸਾਲ 2019 ਲੰਘ ਰਿਹਾ ਅਤੇ ਨਵਾਂ ਸਾਲ 2020 ਆ ਰਿਹਾ ਆ ਥੋੜ੍ਹੇ ਦਿਨਾਂ ਤੱਕ ਉਹਦੇ ਨਿਮਿੱਤ ਵੀ ਮੈਂ ਇਹ ਕਹਿੰਦਾ ਵੀ ਅਸੀਂ ਉਹਦੇ ਨਿਮਿੱਤ ਵੀ ਮਹਾਰਾਜ ਦੇ ਚਰਨਾਂ 'ਚ ਹੀ ਅਰਦਾਸਾਂ ਕਰਨੀਆਂ ਕਿ ਜਿਹੜਾ ਸਾਡਾ ਸਾਲ ਬੀਤ ਗਿਆ ਬਹੁਤ ਵਧੀਆ ਬੀਤਿਆ ਆਉਣ ਵਾਲਾ ਸਾਲ ਵੀ ਖੁਸ਼ੀਆਂ ਭਰਿਆ ਆਵੇ ਹਰ ਇੱਕ ਨੂੰ ਹੀ ਖੁਸ਼ੀਆਂ ਭਰਿਆ ਆਵੇ ਇਹਦੇ ਨਾਲ ਹੀ ਅਸੀਂ ਜਿਸ ਤਰ੍ਹਾਂ ਜੀਤ ਸੋਹਣਾ ਨੇ ਕਿਹਾ ਵੀ ਮਤਲਬ 20 ਤੱਕ ਕਿਉਂਕਿ ਦਿਨ ਥੋੜ੍ਹੇ ਰਹਿ ਗਏ ਇਹਨਾਂ ਦਿਨਾਂ ਦੇ ਵਿੱਚ ਹੀ ਮੇਰਾ ਖਿਆਲ ਹੈ ਸੰਗਤ ਨੂੰ ਕੋਈ ਵੀ ਭਾਰੀ ਨਹੀਂ ਜਿੰਨੇ ਦਰਸ਼ਕ ਸਾਡੇ ਸੁਣਦੇ ਯੂਰਪ ਵਿੱਚ ਬੈਠੇ ਜਾਂ ਹੋਰ ਮੁਲਕਾਂ ਦੇ ਵਿੱਚ ਬੈਠੇ ਸੁਣਦੇ ਆ 5 ਪਾਉਂਡ ਜਾਂ 10 ਪਾਉਂਡ ਤੁਸੀਂ ਟੈਲੀਫੋਨ ਕਰਕੇ ਇੱਥੇ ਆਪਣੀ ਡਾਇਰੈਕਟ ਡੈਬਿਟ ਜਿਹੜੀ ਆ ਉਹ ਜ਼ਰੂਰ ਹੀ ਮਤਲਬ ਤੁਸੀਂ ਆਪਣੀ ਚਾਲੂ ਕਰੋ
ਅਤੇ ਤਾਂ ਕਿ ਟੈਲੀਵਿਜ਼ਨ ਦੇ ਉੱਤੇ ਵੱਧ ਤੋਂ ਵੱਧ ਅਤੇ ਚੰਗੇ ਤੋਂ ਚੰਗੇ ਪ੍ਰੋਗਰਾਮ ਜਿਹੜੇ ਉਹ ਅਸੀਂ ਤੁਹਾਨੂੰ ਦਿਖਾ ਸਕੀਏ। ਤੁਹਾਡੇ ਟੈਲੀਵਿਜ਼ਨ ਦੇ ਉੱਤੇ ਆਈ ਹੋਈ ਮਾਇਆ ਦੇ ਨਾਲ ਪਤਾ ਨਹੀਂ ਕਿੰਨੇ ਕੁ ਲੋਕ ਤੁਹਾਨੂੰ ਉਹ ਸੀਸਾਂ ਦਿੰਦੇ ਜਿਨ੍ਹਾਂ ਨੂੰ ਕਿ ਉੱਥੇ ਗਰੀਬਾਂ ਦੇ ਇਲਾਜ ਕੀਤੇ ਗਏ, ਬਹੁਤ ਸਾਰਾ ਹੜ੍ਹਾਂ ਦੇ ਵਿੱਚ ਪੈਸਾ ਵੰਡਿਆ ਗਿਆ। ਖਾ ਸਿੰਘ ਜੀ, ਅਸੀਂ ਇੱਥੇ ਮਾੜਾ ਦੱਸ ਦਈਏ ਸੰਗਤਾਂ ਨੂੰ, ਡਾਇਰੈਕਟ ਡੈਬਿਟ ਸੈੱਟ ਕਰਨ ਦੇ ਬਹੁਤ ਸੌਖਾ ਤਰੀਕਾ ਹੈਗਾ। ਇੱਕ ਤਾਂ ਤੁਸੀਂ ਸਿੱਧਾ ਟੈਲੀਫੋਨ ਕਰ ਸਕਦੇ ਹਾਂ 0121-369-1380 ਦੇ ਉੱਤੇ, ਜੇ ਤੁਸੀਂ ਯੂਰਪ 'ਚੋਂ ਕਰ ਰਹੇ ਤਾਂ ਮੋਰੇ 0044 ਲਾ ਕੇ 0121-369-1380 ਦੇ ਉੱਤੇ ਕਰ ਸਕਦੇ ਹਾਂ। ਦੂਜਾ ਤੁਸੀਂ ਸਾਡੀ ਵੈਬਸਾਈਟ 'ਤੇ ਸਿੱਧਾ ਜਾ ਸਕਦੇ ਹਾਂ sangat.org, ਉੱਥੇ ਤੁਸੀਂ ਸਿੱਧਾ ਉੱਤੇ ਵੱਡਾ ਟੈਬ ਅਸੀਂ ਲਵਾਇਆ ਡਾਇਰੈਕਟ ਡੈਬਿਟ ਸੈੱਟ ਕਰਨ ਦੇ ਲਈ, ਉੱਥੇ ਤੁਸੀਂ ਆਪਣੇ ਅਕਾਊਂਟ ਡਿਟੇਲਸ ਬਸ ਪਾ ਦੇਣੇ ਆ, ਉਹ ਸਾਰਾ ਸੈਲਫ ਐਕਸਪਲੇਨਟਰੀ ਆ, ਉੱਥੇ 2 ਮਿੰਟ ਲੱਗਦੇ ਤੁਹਾਨੂੰ ਸੈੱਟ ਕਰਨ ਦੇ ਲਈ। ਹਾਂਜੀ, ਅਤੇ ਤੀਜਾ ਹੈਗਾ ਜੇ ਤੁਸੀਂ ਯੂਰਪ 'ਚੋਂ ਡਾਇਰੈਕਟ ਡੈਬਿਟ ਸੈੱਟ ਕਰਨਾ ਆ, ਉਹ ਤੁਸੀਂ ਸਾਨੂੰ ਟੈਲੀਫੋਨ ਕਰਕੇ ਇੱਥੇ ਇੱਕ ਫਾਰਮ ਅਸੀਂ ਤੁਹਾਨੂੰ ਭੇਜਾਂਗੇ ਭਰਨ ਦੇ ਲਈ, ਉਹ ਵੀ ਹੁਣ ਅਸੀਂ ਸੈੱਟ ਕਰ ਰਹੇ, ਆਟੋਮੈਟਿਕਲੀ ਹੋ ਜਾਣਾ ਆ ਡਾਇਰੈਕਟ ਡੈਬਿਟ ਜੇ ਯੂਰਪ ਵਿੱਚੋਂ ਵੀ ਕਰਨਾ ਹੈਗਾ ਆ। ਠੀਕ ਹੈ, ਸੋ ਬੜੇ ਸੌਖੇ ਤਰੀਕੇ ਆ। ਕੈਨੇਡਾ ਅਮੈਰੀਕਾ 'ਚੋਂ ਜੇ ਕਿਸੇ ਨੇ ਪੂਰੇ ਪੈਸੇ ਸਾਲ ਦੇ ਦੇਣੇ ਹੈਗੇ, ਕਿਉਂਕਿ ਆਪਣੇ ਕੈਨੇਡਾ ਅਮੈਰੀਕਾ ਦੇ ਵਿੱਚ ਵੀ ਬਹੁਤ ਦੇਖਦੇ ਆ ਜਿੱਦਾਂ ਫੀਡਬੈਕ ਮਿਲ ਰਹੀ ਹੈਗੀ ਆ, ਅਤੇ ਉਹ ਸਿੱਧੇ ਵੈਬਸਾਈਟ 'ਤੇ ਜਾ ਕੇ ਆਪਣੇ ਸਿੱਧਾ ਹੀ ਭਰ ਸਕਦੇ ਆ, ਔਰ ਸਿੱਧੇ ਹੀ ਉੱਥੋਂ ਪੈਸੇ ਦੇ ਸਕਦੇ ਆ। ਯੂਰੋਪੀਅਨ ਡਾਲਰ, ਕੈਨੇਡੀਅਨ ਡਾਲਰ, ਅਮੈਰੀਕਨ ਡਾਲਰ, ਯੂਰੋ ਹੋਇਆ, ਯਾਨੀ ਕਿਸੇ ਵੀ ਕਰੰਸੀ ਦੇ ਵਿੱਚ ਪੇਮੈਂਟ ਕਰ ਸਕਦੇ ਹੈਗੇ ਆ। ਸੋ ਬੜਾ ਸੌਖਾ ਤਰੀਕਾ ਹੋਇਆ ਸਾਰਿਆਂ ਦੇ ਲਈ ਪੇਮੈਂਟ ਕਰਨ ਦੇ ਲਈ, ਅਤੇ ਜੇ ਸੰਗਤ ਟਰੱਸਟ ਨੂੰ ਇੰਨਾ ਮਜ਼ਬੂਤ ਬਣਾ ਦੇਣ ਕਿ ਆਪਾਂ ਨੂੰ ਮੁੜ ਕੇ ਮੰਗਣਾ ਹੀ ਨਾ ਪਵੇ ਇਸ ਕਾਰਜ ਦੇ ਲਈ, ਅਤੇ ਆਪਾਂ ਉਹ ਸੇਵਾਵਾਂ ਦੇ ਵਿੱਚ ਲੱਗੇ ਰਹੀਏ ਜੋ ਹਰ ਇੱਕ ਕਰਨਾ ਚਾਹੁੰਦਾ ਆ। ਹਰ ਇੱਕ ਦੇ ਮਨ ਦੇ ਵਿੱਚ ਹੁੰਦੀ ਆ ਵੀ ਮੈਂ ਸੇਵਾ ਤਾਂ ਕਰਨੀ ਚਾਹੁੰਦਾ, ਕਿੱਥੇ ਲਾਵਾਂ, ਕਿੱਥੋਂ ਮੈਨੂੰ ਯਕੀਨ ਹੋਵੇ, ਕਿੱਥੋਂ ਮੇਰਾ ਸਹੀ ਸੇਵਾ ਲੱਗੂਗੀ। ਹੁਣ ਇੱਕ ਉਹਨਾਂ ਨੂੰ ਪਲੈਟਫਾਰਮ ਮਿਲ ਗਿਆ ਹੈਗਾ ਆ ਸੰਗਤ ਏਡ ਰਾਹੀਂ, ਅਤੇ ਉਹਨਾਂ ਦੀ ਸੇਵਾ ਐਨ ਪੂਰੀ ਦੀ ਪੂਰੀ, ਔਰ ਜੇ ਇਸ ਕਾਰਜ ਲਈ ਦਊਗੇ ਉੱਥੇ ਹੋ ਲੱਗੂਗੀ। ਬਿਲਕੁਲ ਜੀ, ਬਿਲਕੁਲ ਜੀ। ਹਾਂਜੀ, ਇੱਕ ਕਈ ਲੇਡੀਜ਼ ਆ ਵਿਚਾਰੀਆਂ ਅਨਪੜ੍ਹ ਆ, ਉਹ ਇੱਥੇ ਨਹੀਂ ਆ ਸਕਦੀਆਂ ਜਾਂ ਉਹਨਾਂ ਨੂੰ ਟੈਲੀਫੋਨ ਦਾ ਨਹੀਂ ਪਤਾ, ਅਤੇ ਉਹਨਾਂ ਨੇ ਮੈਨੂੰ 3-4 ਬਣੀ ਜਣੀਆਂ ਨੇ ਆਪਣੇ ਘਰ ਸੱਦ ਕੇ, ਅਤੇ ਉਹਨਾਂ ਨੇ ਆਪ ਫਾਰਮ ਭਰਾਏ। ਆਹੋ, ਤਾਂ ਫਿਰ ਮੈਂ ਉੱਥੇ ਗਈ ਤੇ ਉਹਨਾਂ ਨੇ ਚਲੋ ਫਾਰਮ ਭਰੇ, ਕਈਆਂ ਨੇ £60 ਉਦਾਂ ਦੇ ਦਿੱਤੇ ਇੱਕੋ ਵਾਰੀ। ਨਹੀਂ ਜੀ, ਕਈ ਵਾਰ ਸਾਤੋਂ ਅਪਰੋਚ ਹੀ ਨਹੀਂ ਹੁੰਦੀ, ਬਹੁਤ ਸਾਰੇ ਕਈ ਉਹਨਾਂ ਨੂੰ ਜਿਹੜੇ ਸਾਡੇ ਬਜ਼ੁਰਗ ਆ ਜਾਂ ਬਜ਼ੁਰਗ ਬੀਬੀਆਂ, ਉਹਨਾਂ ਵਿਚਾਰੀਆਂ ਨੂੰ ਪਤਾ ਨਹੀਂ ਕਿੱਦਾਂ ਟੈਲੀਫੋਨ ਕਰਨਾ ਜਾਂ ਕਿੱਦਾਂ, ਇਸ ਕਰਕੇ ਉਹ ਪੈਸੇ ਦੇਣੇ ਚਾਹੁੰਦੇ ਹੁੰਦੇ ਆ, ਕਿਉਂਕਿ ਘਰ ਬੈਠਿਆਂ ਜਿਹਨਾਂ ਨੂੰ ਗੁਰਬਾਣੀ ਜਾਂ ਹੋਰ ਨੌਲੇਜ ਸਾਰਾ ਕੁਛ ਗੁਰਦੁਆਰਿਆਂ ਦੀ, ਇੱਕ ਕਿਸਮ ਦੀ ਇੱਥੇ ਘਰ ਬੈਠਿਆਂ ਨੂੰ ਗੁਰਦੁਆਰਿਆਂ ਦੀ ਯਾਤਰਾ ਹੋ ਜਾਂਦੀ ਆ ਸਾਰੇ। ਕਈਆਂ ਦਾ ਕੰਡੀਸ਼ਨ ਇਸ ਤਰ੍ਹਾਂ ਆ ਵਿਚਾਰੇ ਨਹੀਂ ਟਰੈਵਲ ਹੀ ਨਹੀਂ ਕਰ ਸਕਦੇ, ਉਹ ਘਰ ਬੈਠੇ ਪਾਠ ਸੁਣਨਾ ਸਭ ਕੁਝ ਘਰੇ ਬੈਠ ਕੇ ਦੇਖਣਾ, ਜਿੱਦਾਂ ਹੁਣ ਆਪਾਂ ਗੁਰੂ ਨਾਨਕ ਦੇਵ ਜੀ 550 ਸਾਲ ਤੇ ਨਨਕਾਣਾ ਸਾਹਿਬ ਤੋਂ ਵੀ ਸਾਰੀ ਕਵਰੇਜ ਕੀਤੀ, ਸੁਲਤਾਨਪੁਰ ਲੋਧੀ ਤੋਂ ਵੀ ਕੀਤੀ ਕਵਰੇਜ, ਸਾਰੀ ਦਿਹਾੜੀ ਆਪਾਂ ਕਥਾ ਕੀਰਤਨ ਹੀ ਚਲਾਇਆ ਜਾਂਦਾ, ਉਹ ਘਰ ਬੈਠਿਆਂ ਨੂੰ ਉਹਨਾਂ ਨੂੰ ਸਭ ਕੁਝ ਦੇਖਣ ਨੂੰ ਮਿਲ ਗਿਆ। ਨਹੀਂ ਜੀ, ਉਹ ਤੇ ਮੈਂ ਜੀਸੋ ਜੀ ਗੱਲ ਕਰਦਾ ਸੀ ਵੀ ਉੱਥੇ ਅਸੀਂ ਉੱਥੇ ਰਹੇ, ਉੱਥੇ ਨਹੀਂ ਇੰਨਾ ਦੇਖ ਹੋਇਆ ਜਿੰਨਾ ਟੈਲੀਵਿਜ਼ਨ ਦੇ ਵਿੱਚ। ਅਸੀਂ ਵੀ ਆ ਕੇ ਹੁਣ ਦੇਖਦੇ ਜਿਹੜੀ ਫੁੱਟੇਜ ਅਸੀਂ ਦੇਖੀ ਨਹੀਂ ਉਹ। ਉਹ ਸਾਡੇ ਕੋਲ ਉੱਥੇ ਤਾਂ ਰਹਿੰਦੀਆਂ ਨਹੀਂ ਇੰਨਾ ਘੁੰਮ ਫਿਰ ਹੋਇਆ, ਕਿਉਂਕਿ ਮੈਂ ਜਦੋਂ 2-3 ਦਿਨ ਬਾਅਦ ਮੇਰੀ ਸਿਸਟਰ ਦਾ ਕਨੇਡਾ ਤੋਂ ਫੋਨ ਆਇਆ ਵੀ ਭਾਜੀ ਕੇਕ ਖਾਧਾ ਉੱਥੇ, ਮੈਂ ਕਿਹਾ ਕੇਕ ਤਾਂ ਨਹੀਂ ਅਸੀਂ ਖਾਧਾ, 550 ਕਿਲੋ ਦਾ ਕੇਕ ਦਿਖਾ ਲਿਆ ਉੱਥੇ ਕੱਟਿਆ, ਉਹ ਉੱਥੇ ਹੁੰਦਿਆਂ ਅਸੀਂ ਨਹੀਂ ਦੇਖ ਸਕਦੇ, ਟੈਲੀਵਿਜ਼ਨਾਂ ਦੇ ਉੱਤੇ ਸਾਰੀ ਇਹ ਕਵਰੇਜ ਹੋਈ। ਦੇਖੋ ਜੀ, ਉੱਥੇ ਆਪਣੀਆਂ 3 ਟੀਮਾਂ ਸੀ, ਬੜੀ ਮਿਹਨਤ ਕੀਤੀ ਹਰ ਪੱਖੋਂ ਉਹਨਾਂ ਨੇ, ਨੱਠ ਭੱਜ ਕਰਕੇ ਉਧਰੋਂ ਕਵਰੇਜ ਕਰਨੀ ਉਧਰੋਂ ਕਵਰੇਜ ਕਰਨੀ, ਪਰ ਇਹ ਸਾਰੀਆਂ ਚੀਜ਼ਾਂ ਦੇ ਖਰਚੇ ਤਾਂ ਆਉਂਦੇ ਆ ਨਾ ਗੀਟ ਦੇ ਉੱਤੇ। ਬਿਲਕੁਲ ਜੀ, ਦੇਖੋ ਖਰਚੇ ਜਿਹੜੇ ਬੰਦੇ ਉੱਥੇ ਆ ਉਹਨਾਂ ਨੂੰ ਵੀ ਮਤਲਬ ਪੈਸੇ ਚਾਹੀਦੇ ਆ ਜਿਹੜੇ ਉਹ ਕੰਮ ਕਰਦੇ, ਜਿਹੜੇ ਦੇਖੋ ਇੱਥੇ ਤੇ ਬੰਦੇ ਜਿਹੜੇ ਸਾਡੇ ਵਲੰਟੀਅਰ ਕੰਮ ਕਰ ਰਹੇ ਆ, ਅਸੀਂ ਇਸ ਤਰੀਕੇ ਨਾਲ ਸਾਨੂੰ ਪੈਨਸ਼ਨਾਂ ਲੱਗੀਆਂ, ਸਾਨੂੰ ਇਨਕਮ ਆਉਂਦੀ ਹੈ, ਪਰ ਜਿਹਨੂੰ ਇਨਕਮ ਨਹੀਂ ਆਉਂਦੀ ਇਹ ਉਹਨਾਂ ਦਾ ਸੋਰਸ ਹੀ ਇਹੋ ਆ, ਉਹਨਾਂ ਨੂੰ ਤਾਂ ਪੈਸੇ ਚਾਹੀਦੇ ਆ, ਅਤੇ ਇਹ ਜਿਹੜੇ ਖਰਚੇ ਆ ਇਹ ਟੈਲੀਵਿਜ਼ਨ ਦੇ ਵਿੱਚ ਹੀ ਪੈਂਦੇ। ਸੋ ਇਸ ਕਰਕੇ ਰਿਕੁਐਸਟ ਆ, £5 ਜਾਂ £10 ਕੋਈ ਜ਼ਿਆਦਾ ਨਹੀਂ, ਇਹ ਜ਼ਰੂਰ ਕਰਨ ਦੀ ਕਿਰਪਾਲਤਾ ਕਰਨੀ। ਅਤੇ ਮਤਲਬ ਜੀ ਸੋਹਣੀ, ਜਿੱਦਾਂ ਤੁਸੀਂ ਦੱਸਿਆ ਵੀ ਆਪਣੇ ਯੂਰਪ 'ਚੋਂ ਜਾਂ ਕੈਨੇਡਾ 'ਚੋਂ ਕਿਤੇ ਵੀ, ਉਹ ਜਿਹੜੀ ਕਰੰਸੀ ਉਹ ਫਿਰ ਕਨਵਰਟ ਹੋਣ 'ਤੇ ਵੀ ਉਹਦੇ 'ਤੇ ਐਕਸਟਰਾ ਚਾਰਜ? ਨਹੀਂ, ਅਸੀਂ ਸਿਸਟਮ ਇਸ ਤਰ੍ਹਾਂ ਸੈੱਟ ਕੀਤਾ ਅੱਗੇ ਚਾਰਜ ਹੁਣ 0% ਚਾਰਜ ਤੁਹਾਨੂੰ ਆਉਂਦਾ ਆ। ਅੱਛਾ, ਕਿਉਂਕਿ ਉਹ ਉਹਨਾਂ ਦੇ ਜਿੱਦਾਂ ਉਹਨਾਂ ਨੇ ਜੇ ਯੂਰਪ ਦੇ ਵਿੱਚ ਕਿਤੇ ਕ੍ਰੈਡਿਟ ਕਾਰਡ ਆਪਣਾ ਵਰਤ ਰਹੇ ਆ ਨਾ, ਉਹੀ ਚਾਰਜ ਉਹਨਾਂ ਨੂੰ ਲੱਗਣੇ ਆ, ਕੋਈ ਇੰਟਰਨੈਸ਼ਨਲ ਚਾਰਜ ਕੋਈ ਨਹੀਂ ਲੱਗਣਾ ਹੈ। ਅੱਛਾ ਜੀ, ਹਾਂਜੀ, ਉਹਨਾਂ ਨੂੰ ਕੋਈ ਚਾਰਜ ਨਹੀਂ ਕੋਈ ਵੀ ਪੈਣਾ, ਅਤੇ ਉਹ ਸਾਡੇ ਕੋਲ ਕਨਵਰਟ ਹੋ ਕੇ ਆ ਜਾਣੇ। ਠੀਕ ਹੈ ਜੀ,
ਇਹ ਵੀ ਬਹੁਤ ਇੱਕ ਵਧੀਆ ਸਹੂਲਤ ਹੈ, ਨਹੀਂ ਤਾਂ ਕਈ ਵਾਰ ਬੰਦਾ ਸੋਚਦਾ ਵੀ ਮੈਂ ਦੇਣੇ 5 ਬੋਰਡ ਜਾਂ 10 ਬੋਰਡ ਯੂਰਪ ਤੋਂ ਦਿੰਦੇ ਨੇ, ਕਹਿੰਦੇ ਸਰ ਜਿੰਨੇ ਅਸੀਂ ਦੇਣੇ ਉਹਦੇ ਨਾਲ ਜ਼ਿਆਦਾ ਖਰਚਾ ਹੁੰਦਾ ਸੀਗਾ। ਬਿਲਕੁਲ ਬਿਲਕੁਲ, ਸੋ ਇੱਕ ਬਹੁਤ ਹੀ ਵਧੀਆ ਚੀਜ਼ ਆਪਾਂ ਨੂੰ ਮਿਲੀ ਆ ਵੀ ਉਹਨਾਂ ਦਾ ਕੋਈ ਖਰਚਾ ਲੱਗਦਾ ਨਹੀਂ ਹੈ, ਜਿੰਨਾ ਉਹ ਸਟੈਂਡਰਡ ਚਾਰਜਿਸ ਹੋਊਗੇ ਉਹੀ ਆ, ਉਹ ਨਹੀਂ ਪੇ ਕਰਨੇ ਹੋਰ ਕੁਛ ਨਹੀਂ। ਉਹ ਤਾਂ ਉਹਨਾਂ ਦੇ ਪਹਿਲੀ ਵਾਰੀ ਹੋਣਗੇ ਜਿਹੜੇ ਹੋਣਗੇ ਜਾਂ ਹਰ ਵਾਰੀ? ਨਹੀਂ 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 ਜੀ ਨਹੀਂ, ਜਿੱਦਾਂ ਆਪਾਂ ਕ੍ਰੈਡਿਟ ਕਾਰਡ ਯੂਜ਼ ਕਰੀਦਾ ਆ ਨਾ, ਜੇ ਅੱਧਾ ਪਰਸੈਂਟ ਜੋ ਵੀ ਉਹ ਲੈਂਦੇ ਹੋਊਗੇ ਬਸ ਉਹੀ ਹੁੰਦਾ ਆ, ਉਹ ਠੀਕ ਹੈ, ਹੋਰ ਕੁਛ ਨਹੀਂ ਉਹਨਾਂ ਨੂੰ ਚਾਰਜ ਪੈਣਾ ਕੋਈ ਵੀ। ਠੀਕ ਹੈ ਠੀਕ ਹੈ, ਤੁਸੀਂ ਇਹ ਯੂਰਪਾ ਵਾਲਿਆਂ ਲਈ ਚੰਗੀ ਤਰ੍ਹਾਂ ਤੁਸੀਂ ਖੋਲ ਕੇ ਦੱਸੋ ਹਾਂਜੀ ਬਈ, ਯੂਰਪ ਦੇ ਵਿੱਚੋਂ ਜੇ ਕਿਸੇ ਨੇ ਡਾਇਰੈਕਟ ਡੈਬਿਟ ਕਰਨੀ ਆ ਤੇ ਉਹਨੂੰ ਜਿੱਦਾਂ ਅੱਗੇ ਪੈਸੇ ਪੈਂਦੇ ਸੀ ਉਹ ਨਹੀਂ ਪੈਣੇ। ਹਾਂਜੀ ਬਿਲਕੁਲ ਜੀ, ਜੇ ਉਹਨਾਂ ਨੇ ਹੁਣ ਵਨ ਆਫ ਪੇਮੈਂਟ ਵੀ ਕਰਨੀ ਆ, ਕਿਸੇ ਨੇ ਇਕੱਠਾ ਵੀ ਦੇਣਾ ਹੈਗਾ ਆ, ਉਹ ਸਿੱਧਾ ਆਪਣੀ ਵੈਬਸਾਈਟ ਤੇ ਜਾ ਕੇ ਉੱਥੇ ਸਿਲੈਕਸ਼ਨ ਆ ਜਾਂਦਾ ਵੀ ਤੁਸੀਂ ਕਿਹੜੀ ਕਰੰਸੀ, ਆਪਣੀ ਕਰੰਸੀ ਸਿਲੈਕਟ ਕਰ ਲਓ ਤੇ ਪੇਮੈਂਟ ਉਹਨਾਂ ਨੂੰ ਕੋਈ ਇੱਕ ਪੈਸਾ ਵੀ ਨਹੀਂ ਉਹਦੇ ਵਿੱਚ ਵਾਧੂ ਲੱਗੂਗਾ। ਜਿਹੜਾ ਡਾਇਰੈਕਟ ਡੈਬਿਟ ਸੈੱਟ ਕਰਨਾ ਹੈ ਉਹ ਹਲੇ ਤੁਹਾਨੂੰ ਇੱਥੇ ਫੋਨ ਕਰਨਾ ਪਊ ਸਟੂਡੀਓ ਦੇ ਵਿੱਚ, ਉਹ ਵੈਬਸਾਈਟ ਦੇ ਵਿੱਚ ਕੁਛ ਦਿਨਾਂ ਦੇ ਵਿੱਚ ਆ ਜਾਣਾ ਉਹ ਵੀ ਉੱਤੇ ਹੁਣ, ਠੀਕ ਹੈ, ਕਿੱਥੇ ਉਹ ਸੈੱਟ ਕਰ ਸਕੂਗੇ ਡਾਇਰੈਕਟ ਡੈਬਿਟ ਵੀ ਵੈਬਸਾਈਟ ਦੇ ਉੱਤੇ, ਹਲੇ ਨਹੀਂ ਹੈਗਾ, ਹਲੇ ਸਟੂਡੀਓ 'ਚ ਫੋਨ ਕਰਨ, ਇੱਥੇ ਸਾਡੇ ਕੋਲ ਫਾਰਮ ਹੈਗੇ ਆ, ਸਾਡੇ ਰਿਸੈਪਸ਼ਨਿਸਟ ਉਹਨਾਂ ਦੀ ਡਿਟੇਲ ਲੈ ਕੇ ਕੋਈ 10 ਮਿੰਟਾਂ ਦੇ ਵਿੱਚ ਉਹ ਕੰਮ ਸਾਰਾ ਹੋ ਜਾਂਦਾ ਆ। ਠੀਕ ਹੈ ਜੀ, ਠੀਕ ਹੈ, ਆਪਣੇ ਕੋਲ ਮਿੰਟ ਵੀ ਥੋੜ੍ਹੇ ਹੀ ਰਹਿ ਗਏ ਆਪਾਂ, ਮਤਲਬ ਬਿਲਕੁਲ, ਤੁਸੀਂ ਹੋਰ ਤਰਸੇਮ ਕੌਰ ਜੀ ਕੀ ਕਹਿਣਾ ਚਾਹੁੰਦੇ ਹੋ? ਪਰ ਮੇਰੀ ਤਾਂ ਇੱਦਾਂ ਇਹੀ ਬੇਨਤੀ ਆ ਸਾਰਿਆਂ ਕੋਲ, ਕਿਉਂਕਿ ਇਹ ਟੈਲੀਵਿਜ਼ਨ ਚਲਾਉਣ ਲਈ ਕਾਫੀ ਮਾਇਆ ਦੀ ਲੋੜ ਆ, ਇਸ ਕਰਕੇ ਸਾਰੀਆਂ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਇਹੀ ਬੇਨਤੀ ਆ ਕਿ ਉਹ ਆਪਣਾ ਡਾਇਰੈਕਟ ਡੈਬਿਟ ਸੈਟਅਪ ਕਰਨ ਅਤੇ ਸਾਨੂੰ ਫੋਨ ਕਰਨ, ਜੇ ਕੋਈ ਬਰਮਿੰਗਮ 'ਚ ਰਹਿੰਦਾ ਕੋਈ ਨਹੀਂ ਆ ਸਕਦਾ ਜਾਂ ਫੋਨ ਨਹੀਂ ਕਰ ਸਕਦੇ ਤਾਂ ਉਹ ਸਾਨੂੰ ਆਪਣੇ ਘਰ ਵੀ ਸੱਦ ਸਕਦੇ, ਅਸੀਂ ਜਾ ਕੇ ਵੀ ਸੈਟਅਪ ਕਰ ਸਕਦੇ ਹਾਂ। ਹਾਂਜੀ, ਅਤੇ ਤੁਸੀਂ ਮਤਲਬ ਜਿਹੜੀਆਂ ਹੁਣ ਆਪਣੇ ਕੋਲ, ਮੇਰਾ ਖਿਆਲ ਹੈ ਸਾਡੀ ਟੀਮ ਤਾਂ ਕਹਿ ਰਹੀ ਆ ਵੀ ਪ੍ਰੋਗਰਾਮ ਲਾਈ ਚੱਲੋ ਹਜੇ। ਹਾਂਜੀ ਹਾਂਜੀ, ਲੱਖਾ ਸਿੰਘ ਜੀ, ਇੱਕ ਬੇਨਤੀ ਅਸੀਂ ਹੋਰ ਕਰਨੀ ਚਾਹੁੰਦੇ ਸੀਗੇ, ਇੱਕ ਬੇਨਤੀ ਹੋਰ ਕਰਨੀ ਸੀਗੀ। ਹਾਂਜੀ, ਆਹ ਹੁਣ ਛੁੱਟੀਆਂ ਦਾ ਸੀਜ਼ਨ ਆ ਰਿਹਾ ਹੈਗਾ, ਹਾਂਜੀ ਹਾਂਜੀ, ਆਪਾਂ ਸਾਰਿਆਂ ਨੂੰ ਛੁੱਟੀਆਂ ਆ। ਹਾਂਜੀ, ਸੰਗਤ ਟੀਵੀ ਵੱਲੋਂ ਇੱਕ ਹੋਰ ਆਪਾਂ ਉਪਰਾਲਾ ਕਰ ਰਹੇ ਹੈਗੇ, ਦੱਸੋ ਜੀ, ਇੱਕ ਪ੍ਰਮੋਸ਼ਨ ਕਰ ਰਹੇ ਹਾਂ ਵੀ ਲੋਕਾਂ ਦੀ ਬਿਜ਼ਨਸ ਆਪਾਂ ਪ੍ਰਮੋਟ 11 ਦਿਨਾਂ ਦੇ ਲਈ, 25 ਦਸੰਬਰ ਤੋਂ ਲੈ ਕੇ ਤੇ ਆਪਾਂ 5 ਜਨਵਰੀ ਤੱਕ, ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਵੀ ਆ ਰਿਹਾ, ਨਵਾਂ ਸਾਲ ਵੀ ਆ ਰਿਹਾ ਆ, ਕਿਸੇ ਨੇ ਵੀ ਆਪਣੀ ਮੈਸੇਜ ਦੇਣੀ ਹੋਵੇ ਤੇ ਵਧਾਈਆਂ ਦੀ, ਨਵੇਂ ਸਾਲ ਦੀਆਂ ਵਧਾਈਆਂ, ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਦੀਆਂ ਵਧਾਈਆਂ ਦਾ ਦੇਣੀ ਹੋਵੇ, ਉਹ ਅਸੀਂ ਮੈਸੇਜ ਰਿਕਾਰਡ ਕਰਕੇ ਐਡਿਟ ਕਰਕੇ ਉਹ ਸਾਰੀ ਇੱਥੇ ਸ਼ੋਅ ਕਰਾਂਗੇ। ਠੀਕ ਹੈ, ਉਹਦਾ ਸਿਰਫ ਇੱਕ ਪ੍ਰੋਡਕਸ਼ਨ ਕੋਸਟ ਹੋਊਗਾ, ਹੋਰ ਕੁਛ ਨਹੀਂ ਹੋਊਗਾ, ਇਹ ਟਾਈਮ ਆਪਾਂ ਫ੍ਰੀ ਕਰਾਂਗੇ 11 ਦਿਨਾਂ ਦੇ ਲਈ। ਸੋ ਇਹ ਸੰਗਤਾਂ ਨੂੰ ਬੇਨਤੀ, ਜਿਹੜੇ ਬਿਜ਼ਨਸ ਵਾਲੇ ਹੈਗੇ ਆ, ਆਪਣੀ ਬਿਜ਼ਨਸ ਪ੍ਰਮੋਟ ਕਰ ਸਕਦੇ ਆ, ਵਧਾਈਆਂ ਦੇ ਸਕਦੇ ਆ ਸੰਗਤਾਂ ਨੂੰ, ਇੱਕ ਉਹਨਾਂ ਨੂੰ ਵੀ ਅਸੀਂ ਮੈਸੇਜ ਦੇ ਭੇਜ ਦੇਣੀ, ਉਹਨਾਂ ਦੇ ਵਟਸਐਪ 'ਤੇ ਉਹਨਾਂ ਨੇ ਆਪਣੇ ਕਸਟਮਰਾਂ ਨੂੰ ਭੇਜਣੀ ਹੋਵੇ, ਉਹ ਵੀ ਉਹਨਾਂ ਲਈ ਇੱਕ ਪ੍ਰੋਫੈਸ਼ਨਲੀ ਵੀਡੀਓ ਬਣੀ ਹੋ, ਐਡਿਟ ਹੋਈ ਹੋ, ਗ੍ਰਾਫਿਕਲੀ ਡਿਜ਼ਾਈਨਡ ਹੋਈ ਹੋ, ਉਹਨਾਂ ਨੂੰ ਉਹ ਚੀਜ਼ ਮਿਲ ਜਾਊਗੀ, ਅਤੇ ਉਹਦੇ ਨਾਲ ਆਪਾਂ ਉਹਨਾਂ ਲਈ ਇਹ ਫ੍ਰੀ ਸਰਵਿਸ ਦੇ ਰਹੇ ਹਾਂ ਇਸ ਵੇਲੇ, ਸਿਰਫ ਉਹਦਾ ਪ੍ਰੋਡਕਸ਼ਨ ਕੋਸਟ ਹੋਊਗਾ, ਹੋਰ ਕੁਛ ਨਹੀਂ ਹੋਊਗਾ। ਉਹ ਕਿੰਨਾ ਕੁ ਹੋਊਗਾ ਜੀ? ਪ੍ਰੋਡਕਸ਼ਨ ਕੋਸਟ, ਕਿਉਂਕਿ ਆਪਣੇ ਬੰਦੇ ਨੇ ਕੈਮਰੇ ਜਾ ਕੇ ਰਿਕਾਰਡਿੰਗ ਕਰਨੀ ਆ, ਐਡੀਟਿੰਗ ਕਰਨੀ ਆ, ਗ੍ਰਾਫਿਕਸ ਕਰਨੇ ਆ, ਉਹ ਇਹ ਮਤਲਬ ਕਿਤਿਓਂ ਵੀ ਹੋ ਸਕਦਾ, ਯੂਰਪ ਚੋਂ ਵੀ ਹੋ ਸਕਦਾ, ਕਿਤਿਓਂ ਵੀ ਹੋ ਸਕਦਾ ਜੀ, ਬਿਲਕੁਲ ਜੀ, ਬਿਲਕੁਲ ਜੀ, ਇੰਡੀਆ ਚੋਂ ਵੀ ਹੋ ਸਕਦਾ, ਇੰਡੀਆ ਚੋਂ ਵੀ ਹੋ ਸਕਦਾ। ਦੇਖੋ ਜੀ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਮੈਂ ਇੰਡੀਆ ਚੋਂ ਮਤਲਬ ਉੱਥੇ ਇੱਕ ਆਕਸਫੋਰਡ ਹਸਪੀਟਲ ਆ, ਹਾਂਜੀ, ਤੇ ਜਿਹੜਾ ਕਿ ਡਾਕਟਰ ਗੁਰਬੀਰ ਸਿੰਘ ਗਿੱਲ ਜਿਹੜੇ ਇੱਥੋਂ ਪੜ੍ਹ ਕੇ ਗਏ ਹੋਏ ਆ, ਅੱਛਾ ਜੀ, ਅਤੇ ਉਹ ਹਾਰਟ ਦੇ ਬਹੁਤ ਸਪੈਸ਼ਲਿਸਟ, ਬੜੀ ਉਹਨਾਂ ਦੀ ਮਸ਼ਹੂਰੀ ਆ, ਅਤੇ ਮੈਂ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਤੁਸੀਂ ਉਹਨਾਂ ਨੇ ਐਡ ਦੇਣਗੇ ਆਪਣੇ ਇੱਥੇ, ਉਹ ਵੀ ਠੀਕ ਹੈ ਜੀ, ਅਤੇ ਉਹ ਵੀ ਮੇਰਾ ਖਿਆਲ ਆ ਵੀ ਆਪਣੀ ਟੀਮ ਦਾ ਬੰਦਾ ਉਹਨਾਂ ਦੇ ਨਾਲ ਮੈਂ ਕੰਟੈਕਟ ਕਰਵਾਊਂ ਤੁਹਾਡਾ, ਹਾਂਜੀ, ਅਤੇ ਉਹਨਾਂ ਨਾਲ ਵੀ ਜੋ, ਕਿਉਂਕਿ ਮੈਨੂੰ ਕੋਸਟ ਦਾ ਨਹੀਂ ਪਤਾ ਕਿੱਦਾਂ ਜਿਹੜੀ ਵੀ ਐਡ ਦੀ ਆਉਣੀ, ਕਿੱਦਾਂ ਦੇਣੀ, ਐਡ ਕਿੰਨਾ ਚਿਰ ਦੇਣੀ ਆ, ਠੀਕ ਹੈ ਜੀ। ਉਹ ਦੇਖੋ ਜਿਹੜੇ ਇੰਡੀਆ ਦੇ ਵਿੱਚ ਇਸ ਵਕਤ ਹੋਸਪਿਟਲ ਆ, ਭਾਵਾਂ ਕਿ ਇਹ ਗੱਲ ਮੈਂ ਇਹ ਕਹਿੰਦਾ ਕਿ ਉੱਥੇ ਬਹੁਤ ਡਰ ਲੱਗਦਾ ਜਿਹੜਾ ਹੋਸਪਿਟਲ 'ਚ ਜਾਂਦਾ, ਉਹ ਵਿਚਾਰੇ ਦੀ ਹਾਲਤ ਜਿਹੜੀ ਆ ਬਹੁਤ ਤਰਸਯੋਗ, ਭਾਵਾਂ ਪੈਸੇ ਵਾਲਾ ਬੰਦਾ ਵੀ ਹੋਵੇ, ਲੇਕਿਨ ਉੱਥੇ ਬਹੁਤ ਇਲਾਜ ਮਹਿੰਗਾ। ਹਾਂਜੀ, ਪਰ ਇਹ ਕੁਦਰਤੀ ਇਸ ਡਾਕਟਰ ਇਹ MBBS ਕਰਕੇ ਇੱਥੋਂ ਗਿਆ ਜੀ, ਇੱਥੇ ਕਾਫੀ ਹੋਸਪਿਟਲਾਂ 'ਚ ਵੀ ਰਿਹਾ, ਠੀਕ ਹੈ ਜੀ, ਅਤੇ ਉਹਦੇ ਨਾਲ ਗੱਲਾਂ ਬਾਤਾਂ ਕਰਕੇ ਇਹ ਲੱਗਾ ਬਈ ਇਹਦੇ 'ਚ ਵਾਕਿਆ ਡਾਕਟਰਾਂ ਵਾਲੇ ਗੁਣ ਗੁਣ ਹੈਗੇ ਆ, ਅਤੇ ਨਹੀਂ ਤਾਂ ਉੱਥੇ ਆਮ ਗੱਲ ਆਉਂਦੀ ਜੀ ਹਸਪਤਾਲ ਜਿਹੜਾ ਚਲੇ ਗਿਆ ਚਾਹੇ ਉਹਨੂੰ ਬਿਮਾਰੀ ਹੈਗੀ ਚਾਹੇ ਨਹੀਂ ਹੈਗੀ, ਲੇਕਿਨ ਉਹਨਾਂ ਨੇ ਉਹਦਾ ਕੰਮ ਚੀਰ ਫਾੜ ਕਰ ਹੀ ਦੇਣ। ਬਿਲਕੁਲ ਜੀ, ਅਤੇ ਇਸ ਤਰ੍ਹਾਂ ਇਹ ਨਹੀਂ ਵੀ ਕਿਤੇ ਵੀ ਲੋਕ ਸਾਡੇ ਕਹਿ ਦਿੰਦੇ ਜੀ ਇੰਡੀਆ 'ਚ ਇੰਡੀਆ 'ਚ ਬੇਈਮਾਨੀ ਆ ਐਂ ਜੋ, ਪਰ ਦੁਨੀਆ ਦੇ ਉੱਤੇ
ਬਹੁਤ ਲੋਕ ਚੰਗੇ ਵੀ ਆ। ਦੇਖੋ ਜੀ ਇੰਡੀਆ ਦੇ ਵਿੱਚ ਵਧੀਆ ਤੋਂ ਵਧੀਆ ਡਾਕਟਰ ਬੈਠੇ ਬਿਲਕੁਲ ਜਿੰਨੀ ਛੇਤੀ ਉਹ ਇਲਾਜ ਕਰ ਦਿੰਦੇ ਆ ਨਾ ਬਿਲਕੁਲ ਜੀ ਹੋਰ ਇੱਥੇ ਨਹੀਂ ਹੁੰਦਾ ਗੋਰੇ ਕਹਿੰਦੇ ਵਿਨ ਵਿਨ ਸਿਚੁਏਸ਼ਨ ਆ ਇੱਕ ਤਾਂ ਪੁੰਨ ਦਾਨ ਦਾ ਕੰਮ ਹੋ ਰਿਹਾ ਆ ਇੱਕ ਉਹਨਾਂ ਦਾ ਪ੍ਰਮੋਸ਼ਨ ਹੋ ਰਿਹਾ ਨਾਲੇ ਹਾਂਜੀ ਹਜੇ ਮੈਂ ਸੋਹਣ ਸਿੰਘ ਗਰੇਵਾਲ ਲੈਸਟਰ ਤੋਂ ਜਿਨ੍ਹਾਂ ਨੇ 120 ਪਾਉਂਡ ਵਾਹਿਗੁਰੂ ਤੇ ਮੈਂ ਕਹਿੰਦਾ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਅਤੇ ਸੋਹਣ ਸਿੰਘ ਜੀ ਲੈਸਟਰ ਤੋਂ ਜਿਨ੍ਹਾਂ ਨੇ 120 ਪਾਉਂਡ ਟੈਲੀਵਿਜ਼ਨ ਲਈ ਭੇਜੇ ਬਿਲਕੁਲ ਅਤੇ ਉਹਨਾਂ ਦਾ ਧੰਨਵਾਦ ਅਤੇ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਕਮਾਈ ਵਿੱਚ ਵਾਧਾ ਬਰਕਤ ਪਾਵੇ ਹੈ ਜੀ ਬਿਲਕੁਲ ਅਤੇ ਉਹ ਜੀ ਜਿੱਦਾਂ ਮੇਰਾ ਮਤਲਬ ਮੇਰਾ ਮਤਲਬ ਵੀ ਉਹ ਜੀ ਆਪਣੇ ਨਾ ਜਦੋਂ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਵੀ ਅਸੀਂ ਉਹਨਾਂ ਨੂੰ ਇਹ ਪਤਾ ਸੀ ਹਾਂਜੀ ਉਹਨਾਂ ਦੇ ਮਦਰ ਪ੍ਰਿੰਸੀਪਲ ਰਿਟਾਇਰ ਆ ਠੀਕ ਅਤੇ ਉਹ ਇੱਥੇ ਆ ਕੇ ਪ੍ਰੋਗਰਾਮ ਮੇਰੇ ਨਾਲ ਦੇ ਗਏ ਠੀਕ ਉਹ ਇਸ ਪ੍ਰੋਗਰਾਮ ਦੇਣ ਦੇ ਖਾਤਰ ਉਹਨਾਂ ਦੇ ਸਟੂਡੈਂਟ ਬੜੇ ਸੀ ਇੱਥੇ ਹਾਂਜੀ ਉਹ ਸਟੂਡੈਂਟਾਂ ਨੇ ਬੜਾ ਫੋਨ ਕੀਤਾ ਉਹ ਅਸੀਂ ਉੱਥੇ ਬੈਠਿਆਂ ਗੱਲ ਕੀਤੀ ਅਤੇ ਮੈਂ ਕਿਹਾ ਮੈਂ ਡਾਕਟਰ ਸਾਹਿਬ ਜਿੱਦਾਂ ਦੇ ਤੁਸੀਂ ਹੈਗੇ ਤੁਸੀਂ ਸਾਡੇ ਐਡ ਵੀ ਦਿਓ ਹਾਂਜੀ ਬਿਲਕੁਲ ਉਹ ਕਹਿੰਦੇ ਜੀ ਜਿੱਦਾਂ ਤੁਸੀਂ ਕਹਿੰਦੇ ਅਸੀਂ ਉੱਦਾਂ ਹੀ ਕਰ ਲਵਾਂਗੇ ਠੀਕ ਹੈ ਤੁਸੀਂ ਮੈਂ ਕਿਹਾ ਪਰ ਮੈਂ ਉੱਥੋਂ ਫੋਨ ਕਰੂੰ ਸਾਡੀ ਟੀਮ ਠੀਕ ਅਤੇ ਤੁਹਾਨੂੰ ਉਹ ਵੀ ਮੇਰਾ ਖਿਆਲ ਉਹਨਾਂ ਨੇ ਆਪਣੇ ਕੋਲ ਐਡ ਜਿਹੜੀ ਆ ਉਹਨਾਂ ਦੀ ਆ ਜਾਣੀ ਉਹ ਐਡ ਦੇ ਨਾਲ ਹੋ ਸਕਦਾ ਸਾਡੇ ਲੋਕ ਉਹਨਾਂ ਦੀ ਐਡ ਚੱਲਦੀ ਕਨੇਡਾ ਦੇ ਵਿੱਚ ਜ਼ਿਆਦਾ ਅੱਛਾ ਜੀ ਅਤੇ ਉਹ ਕਨੇਡਾ ਦੇ ਵਿੱਚੋਂ ਵੀ ਲੋਕ ਜਿਹੜੇ ਆ ਉੱਥੇ ਜਦੋਂ ਜਾਂਦੇ ਆ ਕੋਈ ਜ਼ਰੂਰ ਉਹਨਾਂ ਦੇ ਕੋਲ ਹਸਪਤਾਲ ਜਾ ਕੇ ਚੈੱਕਅਪ ਵਗੈਰਾ ਕਰਾਉਂਦੇ ਕਿਉਂਕਿ ਉਹਨਾਂ 'ਤੇ ਯਕੀਨ ਬੱਝ ਗਿਆ ਲੋਕ ਬਿਲਕੁਲ ਜੀ ਗੱਲ ਯਕੀਨ ਦੀ ਹੁੰਦੀ ਜਦੋਂ ਕੋਈ ਚੰਗਾ ਕੰਮ ਕਰਦਾ ਨਾ ਹਾਂਜੀ ਚੰਗੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਬਿਲਕੁਲ ਜੀ ਅਤੇ ਗੁਰੂ ਮਹਾਰਾਜ ਨੇ ਕਰਾਉਣਾ ਆ ਪਰ ਇਹ ਹੈਗਾ ਵੀ ਸੰਗਤ ਦੇ ਸਹਿਯੋਗ ਨਾਲ ਜਿੱਥੇ ਸੰਗਤ ਦਾ ਸਹਿਯੋਗ ਹੋਵੇ ਨਾ ਬਿਲਕੁਲ ਉੱਥੇ ਤੁਸੀਂ ਵੱਡੇ ਤੋਂ ਵੱਡਾ ਕੰਮ ਕਰ ਸਕਦੇ ਹਾਂਜੀ ਕੋਈ ਵੀ ਕੰਮ ਹੋਵੇ ਤੁਹਾਡੇ ਮੂਹਰੇ ਅੜਦਾ ਨਹੀਂ ਬਿਲਕੁਲ ਜੀ ਜਦੋਂ ਕਰਨ ਵਾਲੇ ਠੀਕ ਹੋਣ ਅਤੇ ਸੰਗਤ ਦਾ ਹੋਵੇ ਸਹਿਯੋਗ ਤਾਂ ਗੁਰੂ ਮਹਾਰਾਜ ਦਾ ਹੋਵੇ ਥਾਪੜਾ ਬਿਲਕੁਲ ਅਤੇ ਫਿਰ ਦੇਖੋ ਸਾਰੀਆਂ ਗੱਲਾਂ ਜਿਹੜੀਆਂ ਉਹ ਸਹੀ ਹੁੰਦੀਆਂ ਬਿਲਕੁਲ ਇਸ ਕਰਕੇ ਹੁਣ ਹੋ ਸਕਦਾ ਬਹੁਤ ਸਾਰੇ ਲੋਕ ਹਜੇ ਸੋਹਣੇ ਦੇ ਵੀ ਸਾਡੇ ਉਹ ਨਾ ਹੋਣ ਸਲਾਹ ਕਰਨੀ ਉਹਨਾਂ ਨੇ ਹਾਂਜੀ ਅਤੇ ਇਹ ਮੈਨੂੰ ਯਕੀਨ ਆ ਵੀ ਜਿਹੜੀ ਆਪਾਂ ਅੱਜ ਡਰੈਕਟ ਡੈਬਿਟ ਦੀ ਗੱਲ ਕਰਦੇ ਹਾਂ ਇਹਦੇ 'ਤੇ ਜਿੰਨੇ ਵੀ ਸਾਡੇ ਦਰਸ਼ਕ ਸੁਣਦੇ ਆ ਜ਼ਰੂਰ ਇਹਦੇ ਲਈ ਉਹ ਹਿੰਮਤ ਮਾਰਨਗੇ ਬਿਲਕੁਲ ਸਾਡਾ ਹੌਸਲਾ ਵਧਾਉਣਗੇ ਬਿਲਕੁਲ ਜੀ ਬਿਲਕੁਲ ਜੀ ਆਪਾਂ ਦੇਖੋ ਜੀ ਬਹੁਤ ਛੋਟਾ ਜਿਹਾ ਟਾਰਗੇਟ ਰੱਖਿਆ 2020 ਹਾਂਜੀ ਕਿ 2020 ਤੱਕ 2020 ਡਾਇਰੈਕਟ ਡੈਬਿਟ ਕਰ ਲਈਏ ਕੋਈ ਬਹੁਤਾ ਵੱਡਾ ਟੀਚਾ ਨਹੀਂ ਹੈਗਾ ਹਾਂਜੀ ਹਾਂਜੀ ਸੋ ਜੇ ਸਾਰੇ ਜਣੇ ਹੁਣੇ ਹੀ ਨੰਬਰ ਕਮਾਉਣ 01213691380 ਦੇ ਉੱਤੇ ਜਾ ਕੇ ਤੁਸੀਂ ਸਾਡੇ ਟੈਲੀਫੋਨ ਆਨਸਰ ਕਰਨ ਲਈ ਬੈਠੇ ਆ ਅਤੇ ਤੁਸੀਂ ਜਲਦੀ ਤੋਂ ਜਲਦੀ ਹੁਣੇ ਫੋਨ ਕਰੋ ਅਤੇ ਇੱਕ 5-5 ਪਾਉਂਡ ਦਾ ਡਾਇਰੈਕਟ ਡੈਬਿਟ ਜ਼ਰੂਰ ਕਰੋ ਜੀ ਜਾਂ ਸਾਡੇ ਵੈਬਸਾਈਟ 'ਤੇ ਜਾ ਕੇ sangatrust.org 'ਤੇ ਜਾ ਕੇ ਤੁਸੀਂ ਉੱਥੇ ਇੰਸਟਰਕਸ਼ਨ ਸਾਰੇ ਲਿਖੇ ਹੋ ਨਾਲ ਦੀ ਨਾਲ ਆਈ ਜਾਂਦੇ ਆ ਇੱਕ 5 ਪਾਉਂਡ ਦਾ ਡਾਇਰੈਕਟ ਡੈਬਿਟ ਸੈੱਟ ਕਰ ਦਿਓ ਕਈ ਇੱਦਾਂ ਵੀ ਹੁੰਦੇ ਆ ਵੀ ਅਸੀਂ ਡੀਟੇਲਸ ਆਪਣੇ ਨਹੀਂ ਦੇਣੇ ਹੈਗੇ ਪਰ ਆਪਣੇ ਤਾਂ ਸਭ ਕੁਛ ਇੱਥੇ ਇਨਕ੍ਰਿਪਟਿਡ ਆ ਕਿਤੇ ਲਿਖਿਆ ਨਹੀਂ ਜਾਂਦਾ ਕੁਛ ਵੀ ਪਰ ਫਿਰ ਵੀ ਕਿਸੇ ਨੂੰ ਹੁੰਦਾ ਹੈ ਉਹ ਸਿੱਧਾ ਔਨਲਾਈਨ ਜਾ ਕੇ ਆਪਣੇ ਡੀਟੇਲ ਆਵੇ ਭਰ ਉਹ ਇਨਕ੍ਰਿਪਟਿਡ ਹੁੰਦੇ ਕਿਤੇ ਕਿਸੇ ਕੋਲ ਨਹੀਂ ਆਉਂਦੇ ਹੈਗੇ ਤੇ ਉੱਥੋਂ ਆਪਣੇ ਆਪ ਹੀ ਦੂਸਰੇ ਨੂੰ ਨਹੀਂ ਪਤਾ ਸਾਨੂੰ ਕਿਸੇ ਨੂੰ ਨਹੀਂ ਪਤਾ ਲੱਗਦਾ ਸਭ ਕੁਛ ਇਨਕ੍ਰਿਪਟਿਡ ਹੁੰਦਾ ਸਾਨੂੰ ਵੀ ਨਹੀਂ ਪਤਾ ਹੁੰਦਾ ਠੀਕ ਹੈ ਉਹ ਸਿੱਧਾ ਹੀ ਬੈਂਕ ਨੂੰ ਜਾਣੇ ਉਹ ਡੀਟੇਲ ਉਹਨਾਂ ਦੇ ਉੱਥੋਂ ਅਤੇ ਉਹਨਾਂ ਤੋਂ ਉੱਥੋਂ ਉਹਨਾਂ ਨੂੰ ਚਿੱਠੀ ਚੱਲਣੀ ਵੀ ਤੁਸੀਂ ਉਹ ਸੈੱਟ ਕੀਤਾ ਹੈਗਾ ਆ 5 ਪਾਉਂਡ 10 ਪਾਉਂਡ 20 ਪਾਉਂਡ ਜਿੰਨੇ ਦਾ ਵੀ ਕੀਤਾ ਹੈਗਾ ਅਤੇ ਉਹਨਾਂ ਨੇ ਉਹ ਪੂਰੀ ਸਿਕਿਉਰਿਟੀ ਆ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਹਾਂਜੀ ਕਿਉਂਕਿ ਅੱਜ ਕੱਲ੍ਹ ਡੇਟਾ ਪ੍ਰੋਟੈਕਸ਼ਨ ਦੇ ਕਰਕੇ ਤੁਹਾਨੂੰ ਸਭ ਹਰ ਪੱਖੋਂ ਦੇਖਣਾ ਪੈਂਦਾ ਆ ਹੈ ਨਾ ਬਿਲਕੁਲ ਜੀ ਅਤੇ ਸੰਗਤ ਟਰੱਸਟ ਤਾਂ ਹੈ ਹੀ ਸੰਗਤਾਂ ਦਾ ਆ ਇਹ ਸੰਗਤਾਂ ਨੇ ਹੀ ਬਣਾਇਆ ਹੈਗਾ ਆ ਬਿਲਕੁਲ ਜੀ ਇਹਨੂੰ ਤੁਸੀਂ ਤੁਹਾਡੇ ਮੂਹਰੇ ਵਾਰ ਵਾਰ ਤਾਂ ਹੀ ਬੇਨਤੀ ਕਰ ਰਹੇ ਵੀ ਇਹਨੂੰ ਆਪਾਂ ਮਜ਼ਬੂਤ ਕਰੀਏ ਇਹਨੂੰ ਕਿਸੇ ਲੈਵਲ 'ਤੇ ਲੈ ਕੇ ਚੱਲੀਏ ਕਿ ਆਪਣੀ ਕੌਮ ਦਾ ਇੱਕੋ ਹੀ ਇੱਕ ਸਟੇਸ਼ਨ ਵਾ ਆਪਣੀ ਕੌਮ ਦਾ ਜਿਹੜਾ ਹੈਗਾ ਆ ਅਤੇ ਇਹਨੂੰ ਆਪਾਂ ਕਿਸੇ ਲੈਵਲ 'ਤੇ ਲੈ ਕੇ ਚੱਲੀਏ ਜਿੱਥੇ ਕਹਿਣ ਵੀ ਹਾਂ ਵੀ ਸੰਗਤ ਟੀਵੀ ਆ ਦੇਖੋ ਹੁਣ ਇੰਨੇ ਕੰਮ ਕਰਕੇ ਦਿਖਾਲੇ ਸੰਗਤ ਟੀਵੀ ਨੇ ਅਤੇ ਹੋਰ ਕਿਸੇ ਤੋਂ ਦਿਖਾਲ ਨਹੀਂ ਹੋਏ ਔਰ ਮਹਾਰਾਜ ਦੀ ਕਿਰਪਾ ਪਹਿਲੇ ਦਿਨ ਤੋਂ ਰਹੀ ਆ ਬਿਲਕੁਲ ਜੀ 2011 ਦੇ ਵਿੱਚ ਰਾਈਟਸ ਹੋਈਆਂ ਉਸ ਵੇਲੇ ਸਾਰੀ ਦੁਨੀਆ ਦੇ ਵਿੱਚ ਗਿਆ ਸੰਗਤ ਟੀਵੀ ਭਾਵੇਂ ਸਾਡੇ ਕੋਲ ਇੱਕ ਕੈਮਰਾ ਇੱਕੋ ਹੀ ਕੈਮਰਾ ਸੀ ਉਸ ਵੇਲੇ ਲੱਖਾ ਸਿੰਘ ਜੀ ਇੱਕ ਕੈਮਰੇ ਨਾਲ ਹੀ ਆਪਾਂ ਸਾਰੀ ਦੁਨੀਆ 'ਚ ਗਏ ਆ ਇਹ ਬੜੀ ਮਹਾਰਾਜ ਦੀ ਕਿਰਪਾ ਆ ਬਿਲਕੁਲ ਜੀ ਕਿਉਂਕਿ ਜੋ ਆਪਣਾ ਮਹਾਂਪੁਰਖ ਜੁੜਿਓ ਆ ਟਰੱਸਟੀ ਜੁੜਿਓ ਆ ਕਿਸੇ ਦਾ ਕੋਈ ਸੈਲਫ ਇੰਟਰਸਟ ਨਹੀਂ ਹੈ ਇੱਥੇ ਸਾਰਿਆਂ ਦਾ ਇੱਕੋ ਹੀ ਆ ਵੀ ਇਹ ਸੰਗਤ ਟਰੱਸਟ ਨੂੰ ਆਪਾਂ ਬਿਲਡ ਕਰਨਾ ਆ ਨਹੀਂ ਜੀ ਇਹਦੇ 'ਚ ਦੇਖੋ ਇਹਦੇ 'ਚ ਪਰਸਨਲ ਕਿਸੇ ਦਾ ਕੋਈ ਮਫਾਦ ਨਹੀਂ ਜੋ ਵੀ ਹੈਗਾ ਇਹ ਸੰਗਤ ਲਈ
ਜੋ ਵੀ ਸੰਗਤ ਦੀ ਸਹੂਲਤਾਂ ਜੋ ਵੀ ਚਾਹੀਦੀਆਂ ਉਹ ਮਤਲਬ ਇਹ ਟੈਲੀਵਿਜ਼ਨ ਦੇ ਉੱਤੋਂ ਮਤਲਬ ਮਿਲ ਰਹੀਆਂ। ਇੰਡੀਆ ਦੇ ਵਿੱਚ ਦੇਖੋ ਮੇਨ ਟਾਰਗੇਟ ਇੰਡੀਆ ਦਾ ਜਿੱਥੇ ਹੈਗਾ, ਇੰਡੀਆ ਦੇ ਵਿੱਚ ਬਹੁਤ ਕੰਮ ਕੀਤੇ ਗਏ ਸੰਗਤ ਟੀਵੀ ਦੇ ਰਾਹੀਂ ਬਹੁਤ। ਹਾਂਜੀ ਹਾਂਜੀ, ਉਹਦੇ ਲਈ ਕਿੰਨੇ ਮਤਲਬ ਦੇਖੋ ਕੈਂਪ ਆਈ, ਕੈਂਪ ਕਿੰਨੇ ਲੱਗੇ ਦੇਖੋ, ਧਰਮੀ ਫੌਜੀਆਂ ਦਾ, ਧਰਮੀ ਫੌਜੀਆਂ ਦਾ ਸਿੱਧਾ ਕੀਤਾ। ਦੇਖੋ ਬੜੂ ਸਾਹਿਬ ਵਾਲਿਆਂ ਲਈ ਬਾਬਾ ਇਕਬਾਲ ਸਿੰਘ ਹੁਣੀ ਆਏ ਆ, ਹਾਂਜੀ 5-6 million ਪਾਉਂਡ ਰੇਜ਼ ਕੀਤਾ ਸੰਗਤ ਟੀਵੀ ਰਾਹੀਂ ਹੋਇਆ, ਅਵੇਅਰਨੈਸ ਤਾਂ ਸੰਗਤ ਟੀਵੀ ਰਾਹੀਂ ਸਾਰੀ ਗਈ। ਮਹਾਂਪੁਰਖ ਕਰ ਰਹੇ ਸੇਵਾ, ਹਾਂਜੀ ਸਤਿਕਾਰਯੋਗ ਮਹਾਂਪੁਰਖ ਐਡੀ ਵੱਡੀ ਸੇਵਾ ਕਰ ਰਹੇ ਆ, ਪਰ ਉਹ ਅਵੇਅਰਨੈਸ ਸਾਰੀ ਸੰਗਤ ਟੀਵੀ ਦੇ ਥਰੂ ਗਈ। ਉਦੋਂ ਬਾਅਦ ਆਪਾਂ ਧਰਮੀ ਫੌਜੀਆਂ ਦਾ ਕੀਤਾ, ਜਿੱਥੇ ਇੱਕ ਇੱਕ ਪੈਸਾ ਉਹਨਾਂ ਦੇ ਅਕਾਊਂਟਾਂ 'ਚ ਡਿਲੀਵਰ ਕੀਤਾ ਗਿਆ, ਇਹ ਨਹੀਂ ਵੀ ਕਿਸੇ ਨੂੰ ਵੀ ਦੇ ਦਿੱਤਾ। ਬਿਲਕੁਲ, ਲੱਖਾ ਸਿੰਘ ਜੀ ਤੁਸੀਂ ਖੁਦ 3 ਗੇੜੇ ਮੈਨੂੰ ਲੱਗਦਾ ਉਸਨੇ ਲਾਏ ਆ, 4 ਗੇੜੇ 4 ਗੇੜੇ ਤੁਹਾਡੇ ਆਪਣੇ ਲੱਗੇ, ਆਪਣੇ ਕੋਲੋਂ ਲਾਏ ਤੁਸੀਂ ਉਹ ਵੀ ਸਾਰੇ, ਤੇ ਉੱਥੇ ਸ਼ਾਂਤੀ ਕੀਤੀ ਸਾਰਿਆਂ ਦਾ, ਵੀ ਜਾ ਕੇ ਦੇਖਿਆ ਵੀ ਸਹੀ ਆ, ਕੋਈ ਗਲਤ ਨਾ ਆਇਆ ਵਾ ਉਦਾਂ ਹੀ ਆਪਣੇ ਕੋਲ। ਉੱਥੇ ਬੜਾ ਉਹਦੇ 'ਚ ਬਾਬਾ ਸੇਵਾ ਸਿੰਘ ਖਰੂਰ ਸਾਹਿਬ ਵਾਲਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ। ਬਿਲਕੁਲ, ਔਰ ਉੱਥੇ ਤੁਸੀਂ ਦੇਖੋ ਜਿਹੜੇ ਇੱਕ ਜਨਰਲ ਰਿਟਾਇਰਡ ਆ ਜਿਹੜੇ ਆ ਇਸ ਵੇਲੇ ਵੀ ਉੱਥੇ ਸੇਵਾ ਕਰ ਰਹੇ, ਹਾਂਜੀ ਬਿਲਕੁਲ, ਅਤੇ ਉਹਨਾਂ ਦਾ ਬੜਾ ਵੱਡਾ ਸਹਿਯੋਗ ਸੀ। ਬਾਕੀ ਇੱਕ ਗੱਲ ਹੈ ਜੀ, ਜਿੱਥੇ ਇਸ ਸਟੂਡੀਓ ਦੇ ਵਿੱਚ ਮੈਂ ਤਾਂ ਇਹ ਗੱਲ ਕਹਿੰਦਾ ਹੁੰਦਾ ਜੀ, ਉੱਦਾਂ ਤੁਸੀਂ ਧੰਤਾ ਦੇ ਯੋਗ ਹੋ, ਤੁਸੀਂ ਵਧਾਈ ਦੇ ਪਾਤਰ ਹੋ ਕਿ ਇਹ ਸ਼ੁਰੂ ਤੋਂ ਤੁਹਾਡੀ ਬਿਲਡਿੰਗ ਦੇ ਵਿੱਚ ਇਹ ਜਿਹੜਾ ਸਟੂਡੀਓ ਚੱਲ ਰਿਹਾ, ਪਰ ਇੱਥੇ ਜਿਹੜੇ ਮਹਾਂਪੁਰਸ਼ਾਂ ਦੇ ਚਰਨ ਪਏ, ਬਿਲਕੁਲ ਕੋਈ ਵੀ ਇੰਡੀਆ ਦਾ ਮਹਾਂਪੁਰਸ਼ ਐਸਾ ਨਹੀਂ ਜਿਹਦੇ ਇੱਥੇ ਚਰਨ ਨਹੀਂ ਪਏ। ਬਿਲਕੁਲ, ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ, ਫਿਰ ਬਾਬਾ ਜਗਤਾਰ ਸਿੰਘ ਜੀ ਤਰਨ ਤਾਰਨ ਵਾਲੇ ਕਾਰ ਸੇਵਾ ਵਾਲੇ, ਬਾਬਾ ਸੇਵਾ ਸਿੰਘ ਜੀ, ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਹਾਂਜੀ ਸੰਤ ਬਾਬਾ ਨਿਰਮਲ ਦਾਸ ਜੀ, ਬਹੁਤ ਜਿਹੜੇ ਮਹਾਂਪੁਰਸ਼, ਫਿਰ ਸੰਤ ਬਾਬਾ ਸੀਚੇਵਾਲ ਵੀ ਮੇਰਾ ਖਿਆਲ ਆਏ ਇੱਥੇ ਜੀ, ਸਾਰੇ ਹਾਂਜੀ, ਤੇ ਬਲਵੀਰ ਸਿੰਘ ਜੀ ਉਹ ਵੀ ਆਏ ਉਹਨਾਂ ਦੇ ਨਾਲ, ਕਿ ਇੱਕ ਜਿਹੜੇ ਆਪਾਂ ਨੂੰ ਉੱਥੇ ਮਿਲੇ ਸੀ ਛੋਟੇ ਮਹਾਂਪੁਰਸ਼ ਉਹਨਾਂ ਤੋਂ, ਉਹਨਾਂ ਦਾ ਮੈਨੂੰ ਨਾਮ ਵਿਸਰ ਗਿਆ। ਜਾਣੀ ਮੈਂ ਕਹਿੰਦਾ ਜੀ ਇਹ ਆਹ ਜਿਹੜੀ ਧਰਤੀ ਆ ਇਹ ਵੀ ਧੰਤਾ ਦੇ ਯੋਗ। ਦੇਖੋ ਇੱਕ ਗੱਲ ਜੀ ਸੋ ਜੀ ਹੋਰ ਮੈਂ ਕਹਿਣੀ ਚਾਹੁੰਦਾ, ਬਈ ਇੱਕ ਗੱਲ ਇਹ ਆ ਬਈ ਜਿਹੜਾ ਕਿਤੇ ਵੀ ਕੋਈ ਸ਼ਰਾਬੀ ਸਿਗਰਟਾਂ ਪੀਣ ਵਾਲਾ ਬੰਦਾ ਲੰਘੇ, ਹਾਂਜੀ ਉਹਦੀ ਸਮੈਲ ਆਉਂਦੀ ਰਹਿੰਦੀ ਉੱਥੋਂ। ਬਿਲਕੁਲ ਜੀ, ਹਾਂਜੀ, ਤੇ ਜਿੱਥੇ ਮਹਾਂਪੁਰਸ਼ ਬਾਣੀ ਪੜ੍ਹਨ ਵਾਲੇ ਜਦੋਂ ਲੰਘਦੇ ਉਹਨਾਂ ਦੀ ਵੀ ਮਹਿਕ ਥਾਂ ਤੋਂ ਜਾਂਦੀ ਨਹੀਂ, ਉੱਥੇ ਮਹਿਕ ਖਿਲਦਰੀ ਰਹਿੰਦੀ ਆ ਉਹਨਾਂ ਦੀ, ਹਾਂਜੀ ਬਿਲਕੁਲ, ਤੇ ਖੁਸ਼ਬੂ ਆਉਂਦੀ ਆ। ਸੋ ਆਹ ਜਿਹੜੀ ਧਰਤੀ ਆ ਨਾ ਸਟੂਡੀਓ ਆ, ਬਿਲਕੁਲ ਇਹ ਵੀ ਪਵਿੱਤਰ ਹੋ ਗਿਆ ਉਹਨਾਂ ਮਹਾਂਪੁਰਸ਼ਾਂ ਦੇ, ਫਿਰ ਤੇ ਆਪਣੇ ਭਾਈ ਮਹਿੰਦਰ ਸਿੰਘ ਜੀ ਦੇਖੋ ਜੀ ਜਿੱਦਾਂ ਤੋਂ ਸ਼ੁਰੂ ਹੋਇਆ ਸੀ, ਭਾਈ ਸਾਹਿਬ ਨੇ ਮਹਾਰਾਜ ਦਾ ਸਰੂਪ ਇੱਥੇ ਲਿਆਂਦਾ, ਇੱਥੇ ਬਹਿ ਕੇ ਆਪ ਨੇ ਕੀਰਤਨ ਕੀਤਾ, ਹਾਂਜੀ ਹਾਂਜੀ, ਤੇ ਗੁਰੂ ਦੀ ਮਹਾਰਾਜ ਦੀ ਬਹੁਤ ਚੜ੍ਹਦੀ ਕਲਾ। ਅੱਛਾ ਚਲੋ ਜੀ, ਆਪਾਂ ਮਤਲਬ ਟਾਈਮ ਜਿਹੜਾ ਮਤਲਬ ਇੱਥੇ ਆਪਾਂ ਸਮਾਪਤ ਕਰ ਦੇਣਾ, ਹੋਰ ਤੁਸੀਂ ਅੱਧਾ ਅੱਧਾ ਮਿੰਟ 'ਚ ਕੋਈ ਗੱਲ ਕਹਿਣੀ ਚਾਹੁੰਦੇ ਹੋ ਤਾਂ ਦੱਸ ਦਿਓ ਜੀ। ਬਸ ਇਹ ਲੱਖਾ ਸਿੰਘ ਜੀ, ਇਹੀ ਸਾਧ ਸਿੰਘ ਨੂੰ ਬੇਨਤੀ ਆ ਵੀ ਇਹ ਤੁਹਾਡਾ ਆਪਣਾ ਟਰੱਸਟ ਆ, ਇਹਦੇ ਵਿੱਚ ਜ਼ਰੂਰ 5 ਪਾਉਂਡ ਦਾ ਡਾਇਰੈਕਟ, ਘੱਟ ਤੋਂ ਘੱਟ 5 ਪਾਉਂਡ ਦਾ ਡਾਇਰੈਕਟ ਤੁਸੀਂ ਜ਼ਰੂਰ ਸੈੱਟ ਕਰੋ, ਇਹਨੂੰ ਆਪਾਂ ਪੂਰਾ ਮਜ਼ਬੂਤ ਕਰ ਦਈਏ, ਆਪਾਂ ਨੂੰ ਮੁੜ ਕੇ ਮੰਗਣਾ ਹੀ ਨਾ ਪਵੇ ਇੱਥੋਂ ਕੁਛ ਵੀ, ਅਤੇ ਇਹਨੂੰ ਚੜ੍ਹਦੀ ਕਲਾ ਦੇ ਵਿੱਚ ਲਿਜਾਣ ਦੇ ਲਈ। ਹਾਂਜੀ, ਤੁਸੀਂ ਬੀਬੀ ਜੀ? ਬਸ ਮੈਂ ਤਾਂ ਇਹ ਕਹੂੰਗੀ ਸਾਰੇ ਸੈਟਅਪ ਕਰਨ, ਅਸੀਂ ਤੁਹਾਡੇ ਫੋਨ ਕੋਲ ਅਡੀਕ ਰਹੇ ਹਾਂ। ਹਾਂਜੀ, ਮੈਂ ਧੰਨਵਾਦ ਕਰਦਾ ਇਹਨਾਂ ਦਾ। ਬਾਕੀ ਕੋਈ ਗੱਲਬਾਤ ਕਰਦੇ ਹਾਂ ਅਸੀਂ, ਕੋਈ ਗੱਲ ਗਲਤ ਕਹਿ ਗਏ ਹੋਈਏ ਤਾਂ ਉਹਦੇ ਖੇਮਾ ਦੇ ਜਾਚਕਾਂ, ਅਤੇ ਮੈਂ ਇਹੋ ਹੀ ਦਰਸ਼ਕਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ, ਕਿਉਂਕਿ ਜਿਹੜਾ ਮੰਗਣਾ ਵੀ ਮੈਂ ਇਹ ਕਹਿੰਦਾ ਹੁੰਦਾ ਵੀ ਬਹੁਤ ਔਖੀ ਗੱਲ ਹੈਗੀ ਆ। ਮੈਂ ਤੁਹਾਨੂੰ ਅੱਜ ਛੁਗਲ ਦੀ ਗੱਲ ਦੱਸਦਾ ਜੀ, ਮੈਂ ਅੱਜ ਮੇਰਾ ਪੋਤਾ ਪੁੱਛਦਾ ਵੀ ਅੱਜ ਤੁਹਾਡੇ ਨਾਲ ਕਿਹਨੇ ਜਾਣਾ, ਅਤੇ ਮੈਂ ਉਹਨੂੰ ਦੱਸਿਆ ਵੀ ਅੱਜ ਕੋਈ ਵੀ ਨਹੀਂ ਜਾਣਾ, ਅਸੀਂ ਜੀ ਸੋਣਾ ਅਤੇ ਮੈਂ ਬਹਿ ਕੇ, ਅਤੇ ਅੱਜ ਅਸੀਂ ਡਾਇਰੈਕਟ ਡਾਇਰੈਕਟ ਲਈ ਮੰਗਣਾ ਆ, ਤੇ ਮੈਨੂੰ ਕਹਿੰਦਾ ਫਿਰ ਲੀੜੇ ਚੰਗੇ ਕਿਉਂ ਪਾ ਕੇ ਚੱਲੇ, ਮੰਗਤਿਆਂ ਵਾਲੇ ਪਾ ਕੇ ਜਾਓ, ਹੈ ਜੀ ਮੰਗਣਾ। ਮੈਂ ਉਹਨੂੰ ਕਿਹਾ ਵੀ ਅਸੀਂ ਆਪਣੇ ਲਈ ਨਹੀਂ ਆ, ਇਹ ਟੈਲੀਵਿਜ਼ਨ ਲਈ, ਇਹ ਮਤਲਬ ਤੁਹਾਡਾ ਆਪਣਾ ਟੈਲੀਵਿਜ਼ਨ ਆ, ਸੰਗਤ ਦਾ ਟੈਲੀਵਿਜ਼ਨ ਆ, ਅਤੇ ਸੋਈ ਜ਼ਰੂਰ ਨਿਮਰਤਾ ਸਹਿਤ ਬੇਨਤੀਆਂ ਆ, ਬਹੁਤ ਸਹਿਯੋਗ ਦਿੱਤਾ ਤੁਸੀਂ ਅੱਗੇ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਜਿਹੜਾ ਇੱਕ ਵਾਰ ਤੁਹਾਡੇ ਸਾਹਮਣੇ ਕਦੀ ਵੀ ਕਿਸੇ ਨੇ ਕੋਈ ਗੱਲਬਾਤ ਪੁੱਛਣੀ ਵੀ ਇੱਥੇ ਆ ਕੇ ਪੁੱਛ ਸਕਦੇ ਹੋ, ਅਤੇ ਡਾਇਰੈਕਟ ਡੈਬਿਟ 5 ਜਾਂ 10 ਪਾਉਂਡ ਦਾ ਜ਼ਰੂਰ ਕਰਨ ਦੀ ਕਿਰਪਾਲਤਾ ਕਰਨੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।